ਜਸ ਪੰਜਾਬੀ ਨੂੰ ਪਿਆਰ ਕਰਨ ਵਾਲਿਓ ਤੇ ਜਸ ਪੰਜਾਬੀ ਦੇ ਸਾਰੇ ਸ਼ੋਅ ਨੂੰ ਪਿਆਰ ਕਰਨ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਓ ਸਾਰੇ ਮੇਰੇ ਦਰਸ਼ਕਾਂ ਨੂੰ ਮਨਜੂ ਮਨਜੀਤ ਵਾਲੀਆ ਦਾ ਨਿੱਗਾ ਪਿਆਰ ਭਰੀ ਸਸ੍ਰੀਕਾਲ ਆਦਾਬ ਨਮਸਕਾਰ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਅਵਲ ਅੱਲਾ ਨੂਰ ਉਪਾਇ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕਉ ਭਲੇ ਕਉ ਮੰਦੇ ਤੇ ਕੌਣ ਭਲੇ ਕੋ ਮੰਦੇ ਇਹ ਤੁਹਾਡੇ ਉੱਤੇ ਹੈਗਾ ਤੁਸੀਂ ਚੰਗੇ ਤੇ ਸਾਰੇ ਚੰਗੇ ਅੱਜ ਮੈਂ ਤੁਹਾਨੂੰ ਕੁਝ ਐਸੀ ਸ਼ਖਸੀਅਤ ਨਾਲ ਰੂਬਰੂ ਕਰਾਉਣ ਜਾ ਰਹੀ ਹਾਂ ਜਿਨ੍ਹਾਂ ਦਾ ਮਕਸਦ ਹੀ ਸ਼ਾਂਤੀ ਦਾ ਪੈਗਾਮ ਹੈ ਹਾਂਜੀ ਔਰ ਅੱਜ ਉਹਨਾਂ ਨੂੰ ਰੂਬਰੂ ਕਰਾਉਣ ਵਾਸਤੇ ਅਸੀਂ ਤੁਹਾਡੇ ਨਾਲ ਮਿਲਵਾਵਾਂਗੇ ਆ ਇਮਾਮ ਸਾਹਿਬ ਇਮਾਮ ਸ਼ਮਸ਼ਾਹ ਜੀ ਨੂੰ ਤੇ ਉਹਨਾਂ ਦੇ ਸਦਰ ਮਕਬੂਲ ਤਾਹਿਲ ਜੀ ਨੂੰ ਜੋ ਕਿ ਸਾਡੇ ਨਾਲ ਡੈਟਰਾਇਟ ਤੋਂ ਅੱਜ ਜੁੜੇ ਨੇ ਤੇ ਅੱਜ ਆਪਾਂ ਗੱਲਾਂ ਕਰਾਂਗੇ ਆਮਣੇ ਸਾਹਮਣੇ ਵਿਚਾਰ ਵਟਾਂਦਰਾ ਕਰਾਂਗੇ ਆਮਣੇ ਸਾਹਮਣੇ ਤੇ ਪੁੱਛਾਂਗੇ ਉਹਨਾਂ ਦੇ ਮਿਸ਼ਨ ਦੇ ਬਾਰੇ ਤੇ ਉਹਨਾਂ ਦੇ ਬਾਰੇ ਪਰ ਉਸ ਤੋਂ ਪਹਿਲਾਂ ਅਸੀਂ ਇਹਨਾਂ ਦਾ ਵੈਲਕਮ ਕਰਦੇ ਆ ਆਪਣੇ ਚੈਨਲ ਟਾਕ ਟਾਈਮ ਦੇ ਵਿੱਚ ਜਿਵੇਂ ਕਿ ਤੁਸੀਂ ਹੋਰ ਸਾਰੇ ਹੀ ਸਾਡੇ ਸ਼ੋਅ ਨੂੰ ਹੰਗਾਰਾ ਦਿੱਤਾ ਹੈ ਬਹੁਤ ਵਧੀਆ ਤੇ ਮੈਂ ਚਾਹਾਂਗੀ ਕਿ ਇਸ ਟਾਕ ਟਾਈਮ ਦੇ ਵਿੱਚ ਵੀ ਤੁਸੀਂ ਸਾਡੇ ਇਸ ਸ਼ੋ ਨੂੰ ਵੱਡਾ ਹੁੰੰਗਾਰਾ ਦਿਓ ਇਸ ਦੇ ਨਾਲ ਹੀ ਅਗਰ ਤੁਸੀਂ ਆਪਣਾ ਬਿਜ਼ਨਸ ਵਧਾਉਣਾ ਚਾਹੁੰਦੇ ਹੋ ਔਰ ਕੋਈ ਵੀ ਵਿਚਾਰ ਵਿਟਾਂਦਰਾ ਸਾਡੇ ਨਾਲ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ just manju@justbroadcasting.com ਜਾਂ info@justbroadcasting.com ਇਹਦੇ ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਇਹ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੈਗੇ ਹੋ ਤੇ ਚਲੋ ਜਿਆਦਾ ਦੇਰ ਨਾ ਕਰਦੇ ਹੋਏ ਗੁਰੂ ਸਾਹਿਬ ਦੀ ਬਾਣੀ ਨਾਲ ਚੜ੍ਹਦੀ ਕਲਾ ਦੇ ਨਾਲ ਆਪਾਂ ਸਵਾਗਤ ਕਰਦੇ ਹਾਂ ইমাম ਸ਼ਮਸ਼ਾਦ ਜੀ ਦਾ ਤੇ ਮਕਬੂਲ ਤਾਹਿਰ ਜੀ ਦਾ ਅਸਲਾਮੁਅਲੈਕੁਮ ਵਾਲੇਕੁਮ ਸਲਾਮ ਰahmatullahi ਵਬਰਕਾਤੋ ਜੀ ਵਾਲੇਕੁਮ ਸਲਾਮ ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜੇ ਕਿ ਤੁਹਾਡੇ ਨਾਲ ਗੱਲ ਕਰਾ ਰਿਹਾ ਕਿ ਅਹਿਮਦੀਆ ਕਮਿਊਨਿਟੀ ਆ ਜਿਸ ਦਾ ਕਿ ਹੱਲੇ ਵੀ ਕਈ ਲੋਕਾਂ ਨੂੰ ਇਹਦੇ ਬਾਰੇ ਬਹੁਤਾ ਨਹੀਂ ਪਤਾ ਹੈਗਾ ਤੇ ਇਹਨਾਂ ਦਾ ਪੈਗਾਮ ਸ਼ਾਂਤੀ ਦਾ ਪੈਗਾਮ ਹੈਗਾ ਤੇ ਪਹਿਲਾਂ ਅਸੀਂ ਗੱਲ ਕਰਦੇ ਹਾਂ ਇਹਨਾਂ ਦੇ ਬਾਰੇ ਤੇ ਆਪਾਂ ਡੈਟਰਾਇਟ ਤੋਂ ਸਦਰ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਤੇ ਤੁਸੀਂ ਆਪਣੇ ਬਾਰੇ ਕੁਝ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਬਹੁਤ-ਬਹੁਤ ਸ਼ੁਕਰੀਆ ਪਹਿਲੀ ਗੱਲ ਤੇ ਕਿ ਮੰਜੂ ਵਾਲੀਆ ਸਾਹਿਬਾ ਤੁਸੀਂ ਸਾਨੂੰ ਮੌਕਾ ਦਿੱਤਾ ਗੱਲਬਾਤ ਕਰਨ ਦਾ ਤੇ ਆਈ ਹੋਪ ਕਿ ਜਿਹੜੇ ਸਵਾਲ ਨੇ ਤੁਹਾਡੇ ਜਾਂ ਜਿਹੜੇ ਹੈ ਨੇ ਉਹਨਾਂ ਦਾ ਜਵਾਬ ਤੁਹਾਨੂੰ ਦੇ ਸਕੀਏ ਇਹਨੀਆਂ ਮੁਸਲਮ ਕਮਿਊਨਿਟੀ ਆ ਆਈ ਤੋਂ ਕੋਈ 700 ਸਾਲ ਪਹਿਲੇ ਕਾਦੀਆਂਨ ਇੱਕ ਪਿੰਡ ਜਿਹੜਾ ਹਿੰਦੁਸਤਾਨ ਦੇ ਵਿੱਚ ਉੱਥੋਂ ਸ਼ੁਰੂ ਹੋਇਆ ਮਕਬੂਲ ਸਾਹਿਬ ਅਸੀਂ ਇਹਦੇ ਤੇ ਆਵਾਂਗੇ ਪਹਿਲਾਂ ਅਸੀਂ ਤੁਹਾਨੂੰ ਤੁਹਾਡੇ ਬਾਰੇ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਕਿੱਥੋਂ ਦੀ ਹੈਗੇ ਹੋ ਫਿਰ ਇਮਾਮ ਸਾਹਿਬ ਤੇ ਪੁੱਛਾਂਗੇ ਤੇ ਕਿਸ ਤਰ੍ਹਾਂ ਦੇ ਸਾਡੀ ਗੱਲਬਾਤ ਕਰਨਾ ਚਾਹੁੰਦੇ ਆ ਜੀ ਸੋ ਮੇਰਾ ਨਾਮ ਮਕਬੂਲ ਤਾਹਿਰਾ ਤੇ ਇੱਥੇ ਰੈਟਾਇਰਡ ਤੋਂ ਹਾਂ ਲੋਕਲ ਪ੍ਰੈਜ਼ੀਡੈਂਟ ਇੱਥੇ ਇੱਕ ਕਮਿਊਨਿਟੀ ਦਾ ਔਰ ਬੈਕ ਹੋਮ ਤੋਂ ਪਾਕਿਸਤਾਨ ਲਾਹੌਰ ਦੇ ਨਾਲ ਹੀ ਇੱਕ ਸ਼ਹਿਰ ਹੈ ਲਾਇਲਪੁਰ ਕਿਸੇ ਡਾਊਟ ਸੀ ਆਨ ਫੈਸਲਾਬਾਦ ਦਾ ਨਾਮ ਉਥੋਂ ਬਿਲੰਗ ਕਰਦਾ ਔਰ ਇਹ ਹੈ ਕਿ ਕੋਈ 99 ਇੱਥੇ ਯੂਐਸ ਵਿੱਚ ਆਇਆ ਸੀ ਮੈਂ ਜੀ

ਹਿੰਦੁਸਤਾਨ ਦੇ ਜੀ ਤੇ ਤੁਸੀਂ ਮੇਰੇ ਤੋਂ ਡਾਇਰੈਕਟ ਸਵਾਲ ਕਰ ਲਿਆ ਪਰ ਮੈਂ ਵੀ ਤੁਹਾਡਾ ਸ਼ੁਕਰੀਆ ਅਦਾ ਕਰਨਾ ਹੈ ਤੇ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਹੈ ਜੇ ਇਸ ਪ੍ਰੋਗਰਾਮ 'ਚ ਆਣ ਦਾ ਤਾਂ ਕਿ ਵਾਕੀ ਦੁਨੀਆ ਨੂੰ ਜਿਹੜੀ ਇਸ ਵਕਤ ਬੜੀ ਬੇਚੈਨੀ ਔਰ ਇਸਤਰਾਬ ਦੀ ਕਾਫੀ ਐ ਚੇ ਉਹਨਾਂ ਨੂੰ ਅਮਨ ਦਾ ਮੁਹੱਬਤ ਦਾ ਆਨਸ਼ੀ ਦਾ ਆਸ਼ਤੀ ਦਾ ਆਮਦਈਏ ਅਸੀਂ ਤੁਹਾਡੇ ਬਹੁਤ ਮਸ਼ਕੂਰ ਆ ਸ਼ੁਕਰਗੁਜ਼ਾਰ ਆ ਕਿ ਤੁਸੀਂ ਸਾਡੇ ਵਾਸਤੇ ਐ ਪਲੇਟਫਾਰਮ ਹੋਇਆ ਕੀਤਾ ਹੈ ਇਹ ਮੌਕਾ ਪੈਦਾ ਕੀਤਾ ਹੈ ਕਿ ਅਸੀਂ ਆ ਕੇ ਕੋਈ ਥੋੜੀ ਜਿਹੀ ਗੱਲਾਂ ਕਰੀ ਆ ਆਪਸ ਵਿੱਚ ਜੀ ਜੀ ਤੇ ਐਮੈਦੀਆ ਕਮਿਊਨਿਟੀ ਇਹਦੇ ਬਾਰੇ ਸਦਰ ਸਾਹਿਬ ਤੁਸੀਂ ਦੱਸਣਾ ਚਾਹੁੰਦੇ ਸੀਗੇ ਤੇ ਇਹ ਕਦੋਂ ਫਾਊਂਡ ਹੋਈ ਔਰ ਇਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਵਿਚਾਰ ਵਿਟਾਂਦਰਾ ਕਰੀਏ ਆਪਾਂ ਜੀ ਜੀ ਮੈਂ ਇਹ ਗੱਲ ਕਰ ਰਿਹਾ ਸੀ ਕਿ ਕੋਈ ਸਵਾ 100 ਸਾਲ ਪਹਿਲੇ 1889 ਦੇ ਵਿੱਚ ਕਾਦੀਆਂਨ ਇੱਕ ਛੋਟਾ ਜਿਹਾ ਕਸਬਾ ਸੀ ਜਿਹੜਾ ਪੰਜਾਬ ਦੇ ਵਿੱਚ ਉਤੋਂ ਸਟਾਰਟ ਹੋਇਆ ਜਦੋਂ ਇਸ ਕਮਿਊਨਿਟੀ ਦੇ ਬਾਨੀ حضرت ਮਿਰਜ਼ਾ ਗੁਲਾਮ ਅਹਿਮਦ ਅਫਕਾਦੀਆਂ ਅਲੈਹਿਸਸਲਮ ਨੇ ਇਸਦਾ ਇਸ ਦੀ ਬੁਨਿਆਦ ਰੱਖੀ ਅਤੇ ਚਲਦੇ ਆ ਚਲਦੇ ਆ ਇਸ ਵਕਤ ਇਹ ਦੁਨੀਆ ਦੇ तकरीबन ਹਰ ਮੌਲਕ ਦੇ ਵਿੱਚ ਇਹ ਕਮਿਊਨਿਟੀ ਮੌਜੂਦ ਆ ਜੀ ਜੀ ਤੇ ਇਮਾਮ ਸਾਹਿਬ ਇਹ ਕਿਹੜੇ ਸਨ ਦੇ ਵਿੱਚ ਤੁਸੀਂ ਇਹਦੇ ਬਾਰੇ ਕੁਝ ਵਿਸਥਾਰ ਸੱਸਣਾ ਚਾਹੋਗੇ ਜਿਸ ਤਰ੍ਹਾਂ ਸਦਰ ਸਾਹਿਬ ਨੇ ਦੱਸਿਆ ਹੈ ਸਾਡੇ ਜਮਾਤ ਦੀ ਬੁਨਿਆਦ ਜਮਾਤ ਅਹਿਮਦੀਆ ਦੀ ਬੁਨਿਆਦ 1899 ਚ ਯਾਨੀ 1889 ਚ 23rd ਆਫ ਮਾਰਚ ਹੈ ਮਾਰਚ ਦਾ ਮਹੀਨਾ ਜਾ ਰਿਹਾ ਹੈ ਤੇ ਮਾਰਚ 23rd 23 ਮਾਰਚ ਨੂੰ 1899 1889 ਨੂੰ ਮਿਰਜ਼ਾ ਗੁਲਾਮ ਅਹਿਮਦ ਅਫਕਾਦੀਆਨ ਅਲੈਹਿਸਲਾਤੁ ਵਸਲਾਮ ਨੇ ਜਮਾਤ ਅਹਿਮਦੀਆ ਦੀ ਬੁਨਿਆਦ ਰੱਖੀ ਸੀ

ਹਿੰਦੁਸਤਾਨ ਚ ਨੇ ਪਾਕਿਸਤਾਨ ਚ ਨੇ ਫਿਰ ਦੁਨੀਆ ਦੇ ਕਰੀਬਨ 52 ਮੁਲਕਾਂ ਚ ਜਿਹੜੇ ਮੁਸਲਮਾਨ ਮੁਲਕ ਨੇ ਉਹਨਾਂ ਚ ਵੀ ਪਾਏ ਜਾਂਦੇ ਨੇ ਅਸਲ ਚ ਗੱਲ ਐ ਵੇ ਕਿ ਜਿੰਨੇ ਵੀ ਧੀਗਰ ਦੂਸਰੇ ਮਜ਼ਾਹਿਬ ਨੇ ਸਭ ਨੇ ਆਖਰੀ ਜ਼ਮਾਨੇ ਚ ਇੱਕ ਆਉਣ ਵਾਲੇ ਦੀ پیش گوئی ਕੀਤੀ ਐ ਜਦੋਂ ਮੱਧ ਦਿਨ ਨਜ਼ਦੀਕ ਹੋਏਗਾ ਉਹਦੇ ਤੋਂ ਪਹਿਲੇ ਪਹਿਲੇ एक आने वाले दे बारे सारे मजहबा ने दस हिंदू लै लो ईसाई लै लो यूदी लै लो मुसलमाना दिताबा लै लो सब ने क्या आखिरी जमाने सा मुसलमान तो केंद्र ने कि चौदवी सदी के दे अंदर उन्हें आना सी ते इस करके ओ भी इंतजार कर रहे हैं ईसाई भी इंतजार कर रहे हैं हिंदू भी इंतजार कर रहे हैं सिख सारी दुनिया के लोग एक इंतजार कर रहे हैं एक शख्स ने आना है खुदा वालों जिन्हें आके सारी दुनिया ने कट्ठा करना जिन्हें आके सारी दुनिया च अमन पैदा करना है ते कहने मिर्जा गुलाम अहमद अफकादियान जेड़े ने उन्होंने यह दावा किया है कि वो सारे वास्ते आए ने जिस तरह इस्लाम दा मजहब सारे वास्ते आया है इसी तरह वो वाण आने वाला जो बंदा है आखिरी जमाने उन्हें भी सारे जहान वास्ते सारे लोगों वास्ते सारे मजाहब वास्ते आना है हूँ देखो इंतजार तो सारे कर रहे अगर ईसाइया का अलग आ जाए योदिया का अलग आ जाए सिखा अलग आ जाए मुसलमाना अलग आ जाए तो यूनिटी कैम नहीं रहेगी यूनिटी तो एक बंद कैम होगी ना जी। इस करके साथ कहसद कि सारे ने पेश की की पर आना एको एक नहीं गुलाम है गुलाम अहमद अफकाम ने जिन्होंने दावा किया कि मेरे आने का मकसद यही है कि मैं लोगों के दरम्यान और खुदा दरम्यान सुलाह कैम कर

ਜਿੰਨੀ ਦੇਰ ਤੱਕ ਇਸ ਦੁਨੀਆ ਦੇ ਵਿੱਚ ਯੂਨਿਟੀ ਨਹੀਂ ਹੈ ਹਾਂਜੀ ਔਰ ਜਿੰਨੀ ਦੇਰ ਤੱਕ ਪੀਸ ਨਹੀਂ ਹੈ ਉਨੀ ਦੇਰ ਤੱਕ ਕੋਈ ਵੀ ਕੰਮ ਜਿਹੜਾ ਉਹ ਅੱਗੇ ਨਹੀਂ ਵਧਦਾ ਸਹੀ ਤਰੀਕੇ ਦੇ ਨਾਲ ਔਰ ਇਸੇ ਸੂਰਜ ਮੁਮਕਨ ਸੀ ਜੇਦੀ ਕਿ ਜਿਸ ਤਰ੍ਹਾਂ ਆਮ ਸਾਹਿਬ ਨੇ ਵੀ ਦੱਸਿਆ ਕਿ ਸਾਰੇ ਮਜ਼ਬਾਂ ਦੇ ਪੇਸ਼ਵਾਰ ਪੇਸ਼ਰਾਂ ਨੇ ਦੱਸਿਆ ਕਿ ਕਾਹਣਾ ਬੰਦਾ ਇਕਮਾਮ ਮਹਦੀ ਆਏਗਾ ਔਰ ਜਿੰਨੀ ਦੇਰ ਤੱਕ ਕੋਈ ਇੱਕ ਬੰਦਾ ਨਹੀਂ ਹੈ ਔਰ ਸਾਰੇ ਅਸੀਂ ਉਹਨੂੰ ਫਾਰਮ ਨਹੀਂ ਕਰਦੇ ਉਹਨੀ ਦੇਰ ਤੱਕ ਇਹ ਜਿਹੜੀ ਯੂਨਿਟੀ ਆ ਇਹ ਜਿਹੜੀ ਆ ਪਾਈਚਾਰਾ ਵਾ ਇਹ ਇਹ ਕੈਂਪ ਹੋਣਾ ਬੜਾ ਮੁਸ਼ਕਲ ਆ ਔਰ ਇਹੀ ਪੈਗਾਮ ਲੈ ਕੇ ਜਮਾਤ-ਏ-ਅਹਿਮ ਦੀ ਜਿਹੜੀ ਆ ਮੁਲਕ ਮੁਲਕ ਇਸ ਨੂੰ ਪੁੱਛ ਆ ਰਹੀ ਹੈ ਔਰ ਲੋਕਾਂ ਦੇ ਕੋਲ ਇਸ ਤਿਸ ਤਰ੍ਹਾਂ ਦੇ ਪ੍ਰੋਗਰਾਮ ਕਰ ਰਹੇ ਆ ਇਸ ਪ੍ਰੋਗਰਾਮ ਦਾ ਵੀ ਇਹੀ ਪਰਪਸ ਆ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਹਨੇ ਆਣਾ ਆਨ ਵਾਲਾ ਦੀ ਪੇਸ਼ਕੀ ਕੀਤੀ ਗਈ ਹੈ ਸਾਰੇ ਮਸਬਾਂ ਵਿੱਚ ਉਹ ਆ ਚੁੱਕੇ ਆ ਵਾ ਤੇ ਉਹਦੇ ਬਾਰੇ ਜਾਣਕਾਰੀ ਲੋਕੀ ਹਾਸਲ ਕਰਨ ਔਰ ਉਹ ਉਹਨੂੰ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਨ ਐਜ਼ ਅ ਸਦਰ ਤੁਹਾਡੀਆਂ ਕੀ ਡਿਊਟੀਆਂ ਨੇ ਟਰਵਰਡਸ ਕਮਿਊਨਿਟੀ ਤੇ ਇਮਾਮ ਸਾਹਿਬ ਮੈਂ ਵੀ ਤੁਹਾਨੂੰ ਇਹ ਵੀ ਕੁਐਸਚਨ ਤੁਹਾਡੇ ਤੋਂ ਹੀ ਪੁੱਛਾਂਗੀ ਐਜ਼ ਅ ਇਮਾਮ ਤੁਹਾਡੀਆਂ ਕੀ ਡਿਊਟੀਆਂ ਨੇ ਤੇ ਪਹਿਲਾਂ ਤੁਸੀਂ ਸਦਰ ਸਾਹਿਬ ਜੀ ਜੀ ਸਦਰ ਸਾਹਿਬ ਕੋਲ ਪੁੱਛਣ ਦੇਓ ਜਿੰਨੇ ਵੀ ਜਮਾਤ ਦੇ ਇਸ 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 ਯੂਐਸ ਡੈਟਰਾਇਟ ਚੈਪਟਰ ਦੇ ਵਿੱਚ ਜਿੰਨੇ ਵੀ ਐਡਮਿਨਿਸਟ੍ਰੇਟਿਵ ਵਰਕ ਕਵਾ ਜਿਹੜਾ ਕਿ ਕਮਿਊਨਿਟੀ ਦੀ ਵੈਲਫੇਅਰ ਵਾਸਤੇ ਆ ਉਹ ਉਹ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਆਬਵੀਅਸਲੀ ਇਹਦੇ ਵਿੱਚ ਇਮਾਮ ਸਾਹਿਬ ਨੇ ਸ਼ੁਰੂ ਵਿੱਚ ਕਹਿ ਦਿੱਤਾ ਲੇਕਿਨ ਕਿ ਗਾਈਡੈਂਸ ਇਹਨਾਂ ਦੀ ਹੁੰਦੀ ਆ ਕਿਉਂਕਿ ਇਹਨਾਂ ਦਾ ਤਜਰਬਾ ਇਹਨਾਂ ਦਾ ਐਕਸਪੀਰੀਅੰਸ ਇਹਨਾਂ ਦਾ ਨੌਲੇਜ ਜਿਹੜਾ ਉਹ ਸਾਡੇ ਲਈ ਇੱਕ ਮਸ਼ਲੇਰਾ ਵੀ ਬਣਦਾ ਜਿਹਨੂੰ ਅਸੀਂ ਦੇਖਦੇ ਆ ਹੋਇਆ ਜੇ ਜਿਸ ਨੂੰ ਡਾਇਰੈਕਸ਼ਨ ਨੂੰ ਫਾਲੋ ਕਰਦੇ ਆ ਮੇਕ ਐਕਚੁਅਲ ਪਰਪਸ ਇਹ ਹੈ ਕਿ ਜਿਹੜੇ ਕਮਿਊਨਿਟੀ ਮੈਂਬਰ ਨੇ ਉਹ ਸਾਰੇ ਇਕੱਠੇ ਰਹਿਣ ਪਾਈਚਾਰੇ ਦੇ ਨਾਲ ਰਹਿਣ ਔਰ ਉਹਨਾਂ ਦੀ ਵੈਲਫੇਅਰ ਹੋਵੇ ਔਰ ਜਿਹੜਾ ਪਰਪਸ ਪਹਿਲੇ ਬਿਆਨ ਕੀਤਾ ਗਿਆ ਲਾਈਫ ਨੂੰ ਪੀਸਫੁਲੀ ਇੱਥੇ گزارਣ ਜੀ

ਤੇ ਮੈਂ ਜਿਹਨਾਂ ਨੂੰ ਮੁਵੱਲਾਗਾ ਮੇਰੇ ਕੋਲ ਤਿੰਨ ਚਾਰ ਜਮਾਤਾਂ ਨੇ ਇੱਥੇ ਦੀ ਹੈ ਕਲੀਵਲੈਂਡ ਦੀ ਆਪਣਾ ਇਧਰ ਕੋਲੰਬਸ ਦੀ ਹੈ ਔਰ ਡੇਟਨ ohio ਹੈ ਮੈਂ ਜਾ ਕੇ ਵੇਖਣਾ ਹੁੰਦਾ ਹੈ ਕਿ ਕਿਸ ਤਰ੍ਹਾਂ ਕੰਮ ਹੋ ਰਿਹਾ ਹੈ ਜਿਸ ਤਰ੍ਹਾਂ ਸਾਡੀ ਜਮਾਤ ਦਾ ਨਿਜ਼ਾਮ ਹੈ ਉਹਦੇ ਮੁਤਾਬਕ ਚੱਲ ਰਿਹਾ ਹੈ ਕਿਸੇ ਨੂੰ ਕਿਸੇ ਗਾਈਡੈਂਸ ਦੀ ਜ਼ਰੂਰਤ ਨਹੀਂ ਹੈ ਤੇ ਉਹ ਸਾਰੀ ਚੀਜ਼ਾਂ ਮੈਂ ਦੇਖਣੀ ਹੁੰਦੀ ਨੇ ਫਿਰ ਦੇਖਣਾ ਹੈ ਕਿ ਤਰਬੀਅਤ ਵਿੱਚ ਯਾਨੀ ਜਿਹਨੂੰ ਟ੍ਰੇਨਿੰਗ ਕਈਦਾ ਹੈ ਰਿਲੀਜੀਅਸ ਟ੍ਰੇਨਿੰਗ ਉਹ ਉਹਦੇ ਵਿੱਚ ਕਿਸ ਤਰ੍ਹਾਂ ਕਮੀ ਹੈ ਉੱਥੇ ਮੈਂ ਕੀ ਕਰ ਸਕਨਾ ਵਾਂ ਤੇ ਜਮਾਤ ਨੂੰ ਕੀ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਪ੍ਰੋਪਗੇਸ਼ਨ ਆਫ ਦੀ ਅਹਿਮ ਦੇ ਮੁਸਲਿਮ ਕਮਿਊਨਿਟੀ ਹੈ ਕਿ ਜਮਾਤ ਦਾ ਪੈਗਾਮ ਜਿਹੜਾ ਹੈ ਅਮਰ ਮੁਹੱਬਤ ਹੈ ਜਿਹਦੇ ਜਿਸसे ਅਸੀਂ ਅਸਲੇ ਪ੍ਰੋਗਰਾਮ ਕਰ ਰਹੇ ਆ ਇਹ ਕਿਸ ਤਰ੍ਹਾਂ ਠੀਕ ਤਰੀਕੇ ਨਾਲ ਪਹੁੰਚ ਰਿਹਾ ਹੈ ਕਿ ਇਹ ਜਗ੍ਹਾ ਕੋਈ ਕਮੀ ਤੇ ਨਹੀਂ ਹੈ ਸਾਰੀ ਚੀਜ਼ਾਂ ਫਿਰ ਸਾਡੇ ਉੱਤੇ ਇੱਕ ਹੋਰ ਬੰਦਾ ਵੀ ਹੈ ਜਿਹਨੂੰ ਅਸੀਂ ਅਮੀਰ ਮੁਲਕ ਕਹਿੰਨੇ ਆ ਇਸ ਮੁਲਕ ਦੇ ਅੰਦਰ ਅਮੀਰ ਹੁੰਦਾ ਹੈ ओ, मा, मा, नैश, वो साहबजादा मिर्जा मफूर अहमद साहब ने उन्होंने नैश नैशनल भीर ने सारे मुल्क देख रहे हैं वो देखते हैं कि प्रेजिडेंट कैबिनेट काम किस तरह कर रही है जितने मिशनरीज ने मुलगी मुरबिया ने, ने ओ किस तरह काम कर रहे हैं वो सारी रिपोर्टा फिर उन्होंने को सा इंचार्ज है वह भी देखते हैं कि काम किस तरह हो रहा है ठीक हो रहा है किसी जगह कमी ते नहीं किस तरह गाइडेंस लैनी है सानू मैनू कोई मसला अगर दरपेष है ਕੋਈ ਚੀਜ਼ ਪੁੱਛਣੀ ਹੈ ਮੈਂ ਆਪਣੇ ਅਮੀਰ ਕੋਲ ਜਾਵਾਂਗਾ ਜਾਂ ਆਪਣੇ ਮਿਸ਼ਨ ਇਨਚਾਰਜ ਕੋਲ ਜਾਵਾਂਗਾ ਉਹਨਾਂ ਗਾਈਡੈਂਸ ਦੇਣਗੇ ਫਿਰ ਮੈਂ ਅੱਗੇ ਪ੍ਰੈਜ਼ੀਡੈਂਟਾਂ ਨੂੰ ਇਹਨਾਂ ਦੀ ਕੈਬਨਟ ਨੂੰ ਗਾਈਡ ਕਰ ਦਨਾਂਗਾ ਕਿ ਭਈ ਇਸ ਤਰ੍ਹਾਂ ਕੰਮ ਕਰਨਾ ਹੈ ਐ ਹੈ ਸੂਰਤ ਹਾਲ ਇਹ ਸਾਨੂੰ ਇਸ ਤਰ੍ਹਾਂ ਇਹ ਮੇਰੇ ਕੋਲ ਪੁੱਛ ਲੈਣੇ ਮੈਂ ਨਾ ਮਤਲਬ ਮਿਲ ਜੁਲ ਕੇ ਸਾਡਾ ਸਾਰਾ ਦਾ ਕੰਮ ਹੈ ਜੀ 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 ਇੱਕ ਐਡਮਿਨਿਸਟ੍ਰੇਸ਼ਨ ਦਾ ਪਹਿਲੂ ਹੁੰਦਾ ਹੈ ਇਮਾਨ ਸਾਹਿਬ ਇਸ ਟਾਪਿਕ ਤੇ ਅਸੀਂ ਫਿਰ ਤੁਹਾਡੇ ਨਾਲ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਲੈਂਦੇ ਆ ਇੱਕ ਛੋਟਾ ਜਿਹਾ ਬ੍ਰੇਕ ਬ੍ਰੇਕ ਤੋਂ ਬਾਅਦ ਤੁਹਾਨੂੰ ਮਿਲਦੇ ਆ ਤੁਸੀਂ ਕਿਤੇ ਜਾਈਓ ਨਾ ਇੱਕ ਬਹੁਤ ਹੀ ਵੱਡਾ ਸ਼ਾਂਤੀ ਦਾ ਪੈਗਾਮ ਲੈ ਕੇ ਆਏ ਨੇ ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਕਰਦੇ ਆ ਤੇ ਕਹਿੰਦੇ ਆ ਕਿ ਜਿਹੜਾ ਦਿਨ ਤੁਸੀਂ ਇੱਕ ਵਿਸ਼ਵਾਸ ਇੱਕ ਪਿਆਰ ਇੱਕ ਖੂਬਸੂਰਤੀ ਦੇ ਨਾਲ ਸ਼ੁਰੂ ਕਰੋ ਤਾਂ ਉਹ ਚੰਗਾ ਨਿਕਲਦਾ ਹੈਗਾ ਤਾਂ ਅਸੀਂ ਗੱਲਾਂ ਕਰ ਰਹੇ ਸੀ ਇਮਾਮ ਸਾਹਿਬ ਨਾਲ ਤੇ ਸਦਰ ਸਾਹਿਬ ਨਾਲ ਤੇ ਇਮਾਮ ਸਾਹਿਬ ਤੁਸੀਂ ਦੱਸ ਰਹੇ ਸੀਗੇ ਆਪਣੇ ਡਿਊਟੀਆਂ ਦੱਸ ਰਹੇ ਸੀਗੇ ਤੇ ਮੈਂ ਉਹ ਉਹਨੂੰ ਤੁਸੀਂ ਜਿੱਦ ਤੋਂ ਖਤਮ ਕੀਤਾ ਸੀ ਤੁਸੀਂ ਸ਼ੁਰੂ ਕਰ ਸਕਦੇ ਹੋ ਜਹਾਜਨ ਮੈਂ ਦੱਸ ਰਿਹਾ ਸੀ ਕਿ ਫਿਰ ਸਾਡੇ ਉੱਪਰ ਮੁਲਕ ਦਾ ਨਿਜ਼ਾਮ ਹੈ ਜਿਹਦੇ ਉੱਪਰ ਜਿਹਨੂੰ ਅਮੀਰ ਕਿ ਅਮੀਰੇ ਮੁਲਕ ਕਿਹਾ ਜਾਂਦਾ ਹੈ ਫਿਰ ਅਮੀਰ ਸਾਹਿਬ ਜਿਹੜੇ ਨੇ ਉਹ ਸਾਰੀ ਚੀਜ਼ਾਂ ਨੂੰ ਦੇਖਦੇ ਨੇ ਕਿ ਪ੍ਰੈਜ਼ੀਡੈਂਟ ਤੇ ਉਹਨਾਂ ਦੀ ਕੈਬਨਿਟ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਜਿੰਨੇ ਸਾਡੇ ਇਮਾਮ ਨੇ ਜਾਂ ਮਿਸ਼ਨਰੀਜ਼ ਨੇ ਜਾਂ ਮੁੱੱਲ੍ਹਾ ਜਾਂ ਮੁਰੱਬੀ ਉਹਨਾਂ ਨੂੰ ਕਹਿੰਨੇ ਅਸੀਂ ਉਹ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਫਿਰ ਸਾਨੂੰ ਜਿੱਥੇ ਕੋਈ ਮਸਲਾ ਦਰਪੇਸ਼ ਹੁੰਦਾ ਹੈ ਜਾਂ ਕੋਈ ਕੋਈ ਸਵਾਲ ਕਰਨਾ ਹੁੰਦਾ ਸੀ ਉਹਨਾਂ ਕੋਲ ਰਹਿਨਮਾਈ ਲੈ ਕੇ ਫਿਰ ਅੱਗੇ ਅਸੀਂ ਸਭ ਦੀ ਰਹਿਨਮਾਈ ਕਰਦੇ ਨੇ ਤੇ ਇਸ ਤਰ੍ਹਾਂ ਦਾ ਨਿਜ਼ਾਮ ਹੈ ਸਾਡਾ ਐਡਮਿਨਿਸਟ੍ਰੇਟਿਵਲੀ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਕੰਮ ਕਰਦੇ ਨੇ ਰਿਲੀਜੀਅਸਲੀ ਜਿਹੜੀ ਮਜ਼ਬਦ ਦਾ ਪ੍ਰਚਾਰ ਕਰਨਾ ਹੈ ਉਹਨੂੰ ਦੇਖਣਾ ਹੈ ਆਪਣੇ ਲੋਕਾਂ ਦੀ ਤਰਬੀਅਤ ਵੇਖਣੀ ਹੈ ਕਿ ਉਹ ਇਸਲਾਮ ਦੇ احਕਾਮ ਦੇ ਮੁਤਾਬਕ ਅਮਲ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਕੁਰਾਨ ਦੇ ਮੁਤਾਬਕ ਚੱਲ ਰਹੇ ਨੇ ਨਹੀਂ ਚੱਲ ਰਹੇ ਨੇ ਉਹ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਨੂੰ ਅਸੀਂ ਆਸਾਨ ਕਰ ਸਕਨੇ ਆ ਉਹਨਾਂ ਨੂੰ ਰਹਿਨਮਾਈ ਕਰ ਸਕਨੇ ਆ ਫਿਰ ਮੁਬੱਲਗ ਦਾ ਮੁਰੱਬੀ ਦਾ ਇਮਾਮ ਦਾ ਕੰਮ ਹੈ ਜਿਸ ਤਰ੍ਹਾਂ ਕੀ ਤੁਸੀਂ ਕੁਰਾਨ ਦੀ ਗੱਲ ਕੀਤੀ ਹੈਗੀ ਤੇ ਜਿਹੜੇ ਦੂਸਰੇ ਮੁਸਲਮਾਨ ਨੇ ਸ਼ੀਆ ਤੇ ਸੁੰਨੀ ਉਹ ਤੁਹਾਨੂੰ ਆਪਣਾ ਇੱਕ ਹਿੱਸਾ ਨਹੀਂ ਮੰਨਦੇ ਹੈਗੇ ਇਹ ਦੇ ਪਿੱਛੇ ਕੀ ਹੈਗਾ ਕੀ ਵਜ੍ਹਾ ਹੈ ਦੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ हां जी बिल्कुल जिस तरह कि मैं ਤੁਹਾਨੂੰ ਸ਼ੁਰੂ ਚ ਦੱਸਿਆ ਨਾ ਕਿ ਅਸੀਂ ਇਹ ਕਹਿੰਦੇ ਆ ਕਿ ਇਸ ਜ਼ਮਾਨੇ ਚ ਇਮਾਮ ਮਹਦੀ مسی ਮੌਦ ਯਾ ਦੂਸਰੇ ਲਫ਼ਜ਼ਾਂ ਚ ਕਹੀਏ ਕਿ ਜਿਨ ਨੇ ਦੂਜੇ ਮਜ਼ਬ ਨੇ ਉਹਨਾਂ ਨੇ ਆਉਣ ਵਾਲੇ ਦੀ ਪੇਸ਼ਕੋਸ਼ ਕੀਤੀ ਅਸੀਂ ਉਹਨਾਂ ਨੂੰ ਮੰਨ ਲਿਆ ਤੇ ਬਾਕੀ ਅਜੇ ਇੰਤਜ਼ਾਰ ਕਰ ਰਹੇ ਨੇ ਨਾਸਿਰ ਇੰਤਜ਼ਾਰ ਕਰ ਰਹੇ ਨੇ ਉਹ ਕਹਿੰਦੇ ਜੀ ਤੁਸੀਂ ਝੂਠੇ ਹੋ ਤੁਸੀਂ ਗਲਤ ਹੋ ਤੁਸੀਂ ਠੀਕ ਨਹੀਂ ਹੋ ਇਹ ਨਹੀਂ ਆ ਸਕਦੇ ਭਾਈ ਗੱਲ ਇਹ ਵੇਖ ਕੇ ਜਦੋਂ ਤੁਹਾਡੇ ਮਜ਼ਬਬ ਦੇ ਮੁਤਾਬਕ ਇੱਕ ਆਉਣ ਵਾਲੇ ਨੇ ਆਣਾ ਹੈ असि क्या फिर लफजी नज़ार रह गया है ना। अकीदा तो इको ही है वो नहीं मसलन मुसलमान जे भा ने कलमा इको ही लाए लाला मुहमद रसूल अढ़ने वो भी यही पढ़ते हैं नमाज़ा सा ने उन्हना असी है कुरान भी साब कुछ उ है जक़ात रमज़ान के रोजे हज करना जिन्हें पंज अरकानी इस्लाम ने

ਉਹ ਕਹਿੰਦੇ ਨੇ ਕਿ ਜੇ ਤੁਸੀਂ ਤੇ ਕੋਈ ਨਵਾਂ ਬੰਦਾ ਲੱਭ ਲਿਆ ਨਵਾਂ ਬੰਦਾ ਮੰਨ ਲਿਆ ਤੁਸੀਂ ਤੇ ਇਸਲਾਮ ਤੋਂ ਨਿਕਲ ਗਏ ਹੋ ਹਾਲਾਂਕਿ ਇਹ ਗੱਲ ਨਹੀਂ ਹੈ ਅਗਰ ਉਹ ਸਾਡਾ ਲਿਟਰੇਚਰ ਮਸੀ ਮੌਦ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੀਆਂ ਕਿਤਾਬਾਂ ਦਾ ਮੁਤਾਲਾ ਜ਼ਰਾ ਤਾਅਸਬ ਦੀ ਐਨਕ ਉਤਾਰ ਕੇ ਕਰਨ ਤੇ ਸਮਝਣ ਦੀ ਕੋਸ਼ਿਸ਼ ਕਰਨ ਆਖਰ ਉਹਨ ਸਾਡੇ ਮਿਲੀਅਨਸ ਆਫ ਪੀਪਲ ਦੁਨੀਆ ਚ ਨੇ ਉਹਨਾਂ ਅੱਖਾਂ ਬੰਦ ਕਰਕੇ ਤੇ ਨਹੀਂ ਮੰਨ ਲਿਆ ਇਹਨਾਂ ਨੂੰ ਔਰ ਜਿਦਨੇ ਇਸ ਵੇਲੇ ਜਮਾਤ ਅਹਿਮਦੀਆ ਦੀ ਪਰਸੀਕਿਊਸ਼ਨ ਹੋ ਰਹੀ ਹੈ पाकिस्तान होगी हिंदुस्तान च होगी बंगलादेश होगी अरब मुल्क होगी इंडोनेशिया दूसरे मुल्क च हो गई जिथे जिथे प्रोसीक्यूशन हो रही है आखिर क्यों हो रही है तुम देखो जो भी जिन्हें भी नबी आए ने उन्हें मुखालफत हो क्या किसी नबी को लोगों ने आसानी ना मान लिया उन्हें कहा जी मैं नबी हाँ मैं अवतार हाँ मैं ऐदा वालों आया क्या उन्होंने उस वक्त लोगों ने मान लिया यानी मुखालफत की यही सा मुखालफत हो रही है साड़ी सचा की तरह मुखालफत हो रही है जिस तरह सचा है यही फर्क है साने आने वाले आ गए ने, ने कहीं आए यू अलावा तो एक होर भी है वह है हजरत ईसा ललात इस्लाम के बारे ची कई ईसा असलात इस्लाम जेडे इसराइल के नबी सन क्योंकि कुरान करीम ने फरमाया रसूलन इला बनी इसराइल के नबी बना के भेजे गए सन मुसलमान कहते ने कि आसमान से जिंदा चले गए और उन्हें आखिरी जमाना है अस कोई भी असमान नहीं इस तरह ऐसे जिसम जा सकता बल्कि जिथे भी आंद इंसान की रूह के बारे जा रूह चली गई ए इंसानी जिसम इत रहेगा हस ईसा लैसला तो सलाम भी इंसान सन इंसाना की तरह पैदा हो ਇਨਸਾਨਾਂ ਦੀ ਤਰ੍ਹਾਂ ਖਾਂਦੇ ਪੀਂਦੇ ਚੱਲਦੇ ਫਿਰਦੇ ਸਨ ਉਹ ਔਰ ਉਹਨਾਂ ਦੀ ਵਾਲਦਾ ਸੀ ਔਰ ਸਭ ਕੁਝ ਤੇ ਉਹ ਵੀ ਇਨਸਾਨ ਸਨ ਇਸੇ ਕਰਕੇ ਉਹ ਆਪਣਾ ਜ਼ਮਾਨਾ ਪੂਰਾ ਕਰਕੇ ਇੱਥੇ ਹੀ ਫੌਤ ਹੋਏ ਨੇ ਕਸ਼ਮੀਰ ਜਾ ਕੇ ਤੇ ਉਹਨਾਂ ਦੀ ਜਗ੍ਹਾ ਆਣ ਵਾਲਾ ਉਹ ਹੋਏਗਾ ਜਿਹੜਾ ਮੁਹੰਮਦ ਰਸੂਲullah ਦੀ ਉਮਤ ਵਿੱਚ ਹੋਏ ਸੱਲੱਲਾਹੁ ਅਲੈਹਿ ਵਸੱਲਮ ਉਹ ਉਮਤ ਕਹਿਲਾਏਗਾ ਉਹ ਆ ਸਕਦਾ ਹੈ ਇਸرائیਲੀ ਨਬੀ ਸਾਡੇ ਨਜ਼ਦੀਕ ਨਹੀਂ ਆ ਸਕਦਾ ਲੇਕਿਨ ਉਮਤੀ ਨਬੀ ਆ ਹਜ਼ਰਤ ਸਲਮ ਦੀ ਉਮਤ ਵਿੱਚ ਜਿਹੜਾ ਹੋਵੇ ਉਹਨਾਂ ਨੂੰ ਮੰਨਣ ਵਾਲਾ ਹੋਵੇ ਉਹ ਉਹਨੂੰ ਖੁਦਾ ਤਾਲਾ ਭੇਜ ਸਕਦਾ ਇਹ ਫਰਕ ਹੈ ਸਾਡਾ ਤੇ ਉਹਨਾਂ ਦਾ ਇਸ ਵਕਤ ਜੀ ਆ ਸਦਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਬਾਰੇ ਮੈਂ ਇਹ ਗੱਲ ਕਹਾਂਗਾ ਇਹਦੇ ਬਾਰੇ ਵਿੱਚ ਕਿ ਦੇਖੋ ਤੁਸੀਂ ਡਾਕਟਰ ਦੇ ਕੋਲ ਜਦੋਂ ਜਾਂਦੇ ਜੇ ਜਾਂ ਤੁਸੀਂ ਡਾਕਟਰ ਨੂੰ ਜਦੋਂ ਬੁਲਾਉਂਦੇ ਜੇ ਮਤਲਬ ਕਿ ਕੋ ਮਰਜ਼ ਆ ਠੀਕ ਹੈ ਨਾ ਇਹਨਾਂ ਸਾਡੇ ਭਰਾਵਾਂ ਨੂੰ ਤੁਸੀਂ ਪੁੱਛੋ ਅਗਰ ਇਹ ਜਿਹੜੇ ਸ਼ੀਆ ਨੇ ਸੁੰਨੀ ਨੇ ਕਿ ਆਇਆ ਕੋਈ ਇਸ ਵਕਤ ਮੁਸਲਮਾਨਾਂ ਚ ਮਰਜ਼ ਮੌਜੂਦ ਹੈ ਕਿ ਨਹੀਂ ਸਾਰੇ ਕਹਿਣਗੇ ਕਿ ਨਹੀਂ ਮੁਸਲਮਾਨ ਪੜਕ ਚੁਕੇ ਨੇ ਤੇ ਜਦੋਂ ਮਰਜ਼ ਮੌਜੂਦ ਆ ਅਗਰ ਡਾਕਟਰ ਉਸ ਟਾਈਮ ਨਹੀਂ ਆਇਆ ਔਰ ਜਦੋਂ ਮਰਜ਼ ਨਹੀਂ ਹੈ ਉਸ ਟਾਈਮ ਅਗਰ ਆਂਦਾ ਤਾਂ ਦੋਦਾ ਕੀ ਫਾਇਦਾ ਸਿਰ ਸਿੰਪਲ ਜੀ ਇਹ ਨਹੀਂ ਗੱਲ ਆ ਕਿ ਅਸੀਂ ਸਾਰੇ ਦੇ ਸਾਰੇ ਗੱਲ ਮੰਨਦੇ ਆ ਕਿ ਸਾਡੇ ਕੋ ਇਸ਼ ਮਤਲਬ ਜਿਹੜੇ ਨੇ ਇਹ ਟਾਈਮ ਆ ਜਿਹਦੇ ਤੇ ਆਉਣਾ ਚਾਹੀਦਾ ਸੀ ਾਰੇ சிਸ ਤੇ ਐਗਰੀ ਨੇ ਜਿਹੜੇ ਮਿਰਜ਼ਾ ਗੁਲਾਮ ਅਹਿਮਦ ਅਫਤਾਦੀਆਨੀ ਇਲਾਇਸਲਾਮ ਨੇ ਉਹਨਾਂ ਦਾ ਆਪਣਾ ਵੀ ਇੱਕ ਸ਼ੇਰ ਆ ਜਿਹਦੇ ਚ ਉਹਨਾਂ ਨੇ ਕਿਹਾ ਕਿ ਵਕਤ تھا ਵਕਤ-ਏ-ਮਸੀਹਾ ਮੈਂ ਨਾ ਆਤਾ ਤਾਂ ਕੋਈ ਔਰ ਹੀ ਆਇਆ ਹੋਤਾ ਕੀ ਬਾਤ ਹੈ ਮਤਲਬ ਇਹ ਆ ਕਿ ਇਹੀ ਵਕਤ ਸੀ ਮਸੀਹ ਦੇ ਆਉਣ ਦਾ ਤੇ ਇਹ ਨਾ ਸਮਝੋ ਕਿ ਮੈਂ ਆ ਗਿਆ ਅਗਰ ਮੈਂ ਨਾ ਹੁੰਦਾ ਤੇ ਕੋਈ ਹੋਰ ਡਾਕਟਰ ਆ ਜਾਂਦਾ ਜਦੋਂ ਮਰਜ਼ ਮੌਜੂਦ ਆ ਡਾਕਟਰ ਨੇ ਉਦੋਂ ਆਉਣਾ ਸੀ ਔਰ ਮੈਂ ਉਹ ਡਾਕਟਰ ਬਣ ਕੇ ਤੁਹਾਡੇ ਕੋਲ ਆ ਚੁੱਕਿਆ ਹਾਂ ਇਹ ਇਹਦੇ ਵਿੱਚ ਮੈਨੂੰ ਪਿਆਰਾ ਖਿਆਲ ਆ ਕਿ ਹੋਰ ਤੇ ਮੈਂ ਬਹੁਤ ਚੰਗੇ ਤਰੀਕੇ ਨਾਲ ਕਵਰ ਕਰ ਲਿਆ ਜੀ 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 ਇਹ ਸੱਚ ਮੈਂ ਜਰਾ ਜਿਸ ਤਰ੍ਹਾਂ ਇਹਨਾਂ ਨੇ ਬਿਆਨ ਕੀਤਾ ਇੱਕ ਹੋਰ ਗੱਲ ਦੱਸ ਦੇਣਾ ਕਿਉਂਕਿ ਆਉਣ ਵਾਲੇ ਦੇ ਬਾਰੇ ਚ ਇਹੀ ਹੈ ਨਾ ਖਾਓ ਹਿੰਦੂਆਂ ਚਾਹੇ ਇਸਾਈਆਂ ਚਾਹੇ ਸਿੱਖਾਂ ਚਾਹੇ ਮੁਸਲਮਾਨਾਂ ਚਾਹੇ ਉਹਦੇ ਆਉਣ ਦਾ ਮਕਸਦ ਇਹੀ ਹੋਣਾ ਹੈ ਨਾ ਕਿ ਉਹਨੇ ਲੋਕਾਂ ਨੂੰ ਖੁਦਾਵਲ ਤوجਹ ਕਰਾਣੀ ਉਹਨੇ ਆਪਸ ਵਿੱਚ ਅਮਨ ਤੇ ਪਿਆਰ ਮੁਹੱਬਤ ਪੈਦਾ ਕਰਨਾ ਜੀ ਕਿ ਸਾਡੇ ਤੇ ਇਤਰਾਜ਼ ਵੀ ਕਰਦੇ ਨੇ ਕਿ ਮਿਰਜ਼ਾ ਸਾਹਿਬ ਨੂੰ ਆਇਆ ਤੇ 700 ਸਾਲ ਹੋ ਚੱਲੇ ਨੇ ਅਜੇ ਤੱਕ ਪਿਆਰ ਮੁਹੱਬਤ ਪੈਦਾ ਨਹੀਂ ਲੜਾਈਆਂ ਵੀ ਹੋ ਰਹੀਆਂ ਚੰਗਾ ਵੀ ਹੋ ਰਹੀਆਂ ਨੇ ਜਿਹੜੀ ਗੱਲ ਮਕਬੂਲ ਸਾਹਿਬ ਨੇ ਕੀਤੀ ਹੋਈ ਹੈ ਕਿ ਜੇ ਦਵਾਈ ਨਹੀਂ ਖਾਓਗੇ ਤੇ ਮਰਜ਼ੀ ਸ਼ਿਫਾ ਕਿੰਜ ਹੋਏਗੀ ਮੰਨੋਗੇ ਤੇ ਗੱਲ ਬਣੇਗੀ ਨਾ ਹੁਣ ਤੁਸੀਂ ਜਮਾਤ ਅਹਿਮਦੀਆ ਨੂੰ ਦੇਖ ਲਓ ਜਮਾਤ ਅਹਿਮਦੀਆ ਖੁਦਾ ਦੇ ਫਜ਼ਲ ਨਾਲ ਕਦੇ ਕਿਸੇ ਸਟ੍ਰਾਈਕ 'ਚ ਸੈ ਨਹੀਂ ਲਿਆ ਕਦੇ ਕਿਸੇ ਤੇ ਜ਼ੁਲਮ ਨਹੀਂ ਕੀਤਾ ਕਦੇ ਕਿਸੇ ਬਗਾਵਤ 'ਚ ਸੈ ਨਹੀਂ ਲਿਆ ਕਦੇ ਕੁਝ ਨਹੀਂ ਕੀਤਾ ਸਾਡੀ ਹਿਸਟਰੀ ਹੈ ਜੀ ਕਿਉਂ ਦਵਾਈ ਖਾ ਲਈਏ ਤੇ ਅਸੀਂ ਅਮਨ ਨਾਲ ਰਹਿ ਰਹੇ ਹਾਂ ਜਿਹੜਾ ਦਵਾਈ ਨਹੀਂ ਖਾਧੀ ਉਸੇ ਤਰ੍ਹਾਂ ਹੀ ਉਹ ਮਸ਼ਕਾਰ ਨੇ ਹਰ ਕਰਪਟ ਕਰਪਸ਼ਨ ਦੋਸ਼ਕਾਰ ਨੇ ਤੁਸੀਂ ਹਿੰਦੁਸਤਾਨ ਦਾ ਟੀਵੀ ਵੇਖ ਲਓ ਤੁਸੀਂ ਪਾਕਿਸਤਾਨ ਦਾ ਟੀਵੀ ਵੇਖ ਲਓ ਤੁਸੀਂ ਦੁਨੀਆ ਦੇ ਕਿਸੇ ਕਿਹੜੀ ਖਬਰਾਂ ਆ ਰਹੀਆਂ ਨੇ ਕਦੇ ਅਮਨ ਦੀ ਖਬਰ ਵੇਖੀ ਕਿਸੇ ਨੇ ਕਰਪਸ਼ਨ ਦੀ ਖਬਰਾਂ ਲੂਟ ਮਾਰ ਦੀ ਖਬਰਾਂ ਰਿਸ਼ਵਤ ਦੀ ਖਬਰਾਂ ਇੱਕ ਦੂਜੇ ਨੂੰ ਲੜਾਈ ਝਗੜੇ ਦੀ ਖਬਰਾਂ ਪਾਰਲੀਮੈਂਟ ਝਗੜੇ ਹੋ ਰਹੇ ਨੇ ਸਭ ਕੁਝ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਕਿਉਂਕਿ ਦਵਾਈ ਨਹੀਂ ਖਾਧੀ

ਵੀ ਅਗਰ ਨੁਸਖਾ ਲੈ ਕੇ ਦੇ ਦੇ ਤੇ ਮੈਂ ਨੁਸਖਾ ਜੇਬ ਵਿੱਚ ਪਾ ਕੇ ਘਰ ਆ ਜਾ ਮੈਨੂੰ ਫਾਇਦਾ ਤੇ ਨਹੀਂ ਨਹੀਂ ਹੋਏਗਾ ਜੀ ਹਾਂ ਹੁਣ ਲੋਕੀ ਕਹਿੰਦੇ ਨੇ ਨਾ ਇਸਾਈ ਕਹਿੰਦੇ ਨੇ ਸਾਡੇ ਕੋਲ ਬਾਈਬਲ ਹੈ ਹੋਵੇ ਮੁਸਲਮਾਨ ਕਹਿੰਦੇ ਨੇ ਸਾਡੇ ਕੋਲ ਕੁਰਾਨ ਹੈ ਹੋਵੇ ਬਾਕੀ ਮੁਜ਼ਾਹਿਬ ਵੀ ਕਹਿੰਦੇ ਸਾਡੇ ਕੋਲ ਕਿਤਾਬਾਂ ਮੌਜੂਦ ਨੇ ਉਹ ਤੇ ਨੁਸਖਾ ਜੇਬ ਵਿੱਚ ਪਾਇਆ ਹੈ ਅਮਲ ਵੀ ਤੇ ਕਰਨਾ ਹੈ ਨਾ ਉਸ ਨੁਸਖੇ ਦੇ ਅੰਦਰ ਹੀ ਸ਼ਾਮਲ ਹੈ ਕਿ ਆਖਰੀ ਜ਼ਮਾਨੇ ਜਦੋਂ ਕਰਪਸ਼ਨ ਹੋ ਜਾਏਗੀ ਲੂਟਮਾਰ ਹੋ ਜਾਏਗੀ ਰਿਸ਼ਵਤ ਹੋ ਜਾਏਗੀ ਬੇਈਮਾਨੀ ਹੋ ਜਾਏਗੀ ਮਲਾਵਟ ਲੋਕੀ ਕਰਨਗੇ ਹਰ ਤਰੀਕੇ ਨਾਲ ਕਰਪਸ਼ਨ ਹੋ ਜਾਏਗੀ ਫੇਰ ਉਸ ਨੁਸਖੇ ਤੇ ਅਮਲ ਕਰੋ ਜਿਹੜਾ ਤੁਹਾਡੀ ਜੇਬ ਵਿੱਚ ਦੇ ਵਿੱਚ ਲਿਖਿਆ ਹੈ ਕਿ ਆਉਣ ਵਾਲਾ ਆਏਗਾ ਉਹਦੀ ਗੱਲ ਸੁਣਨਾ ਉਹਦੇ ਤੇ ਅਮਲ ਕਰਨਾ ਫੇਰ ਤੁਹਾਨੂੰ ਸ਼ਿਫਾ ਹੋਏਗੀ ਫੇਰ ਯੂਨਿਟੀ ਵੀ ਕਾਇਮ ਹੋ ਜਾਏਗੀ ਅਮਨ ਵੀ ਕਾਇਮ ਹੋ ਜਾਏਗਾ ਮੁਹੱਬਤ ਵੀ ਹੋ ਜਾਏਗੀ ਭਾਈਚਾਰਾ ਵੀ ਹੋ ਜਾਏਗਾ ਬਹੁਤ ਵਧੀਆ ਬਹੁਤ ਵਧੀਆ ਇਮਾਮ ਸਾਹਿਬ ਤੇ ইমাম ਸਾਹਿਬ ਮੈਨੂੰ ਇੰਨਾ ਕਿਤਾਬਾਂ ਚ ਪਤਾ ਚੱਲਦਾ ਹੈ ਕਈ ਵਾਰੀ ਨਿਊਜ਼ ਚ ਵੀ ਆਂਦਾ ਹੈ ਕਿ ਪਾਕਿਸਤਾਨ ਦੇ ਵਿੱਚ ਤੁਹਾਨੂੰ ਉਹ ਦਰਜਾ ਨਹੀਂ ਦਿੱਤਾ ਜਾਂਦਾ ਜੋ ਇੱਕ ਮੁਸਲਮਾਨ ਨੂੰ ਦੇਣਾ ਚਾਹੀਦਾ ਹੈ ਇੱਕ ਸੱਚੇ ਮੁਸਲਮਾਨ ਨੂੰ ਦੇਣਾ ਚਾਹੀਦਾ ਹੈ ਇਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ हाँ जी मैं जरुर कह मैं, मैं तो बहुत बहुत शुक्रिया मजमून लिया टॉपिक सवाल सारे असल गल कि अगर पाकिस्तानी लोग सूसलमान नहीं समझते क्या अस इस तरह ही हो जाएंगे अस नहीं हो असी वो जो साधा है मुताबिक अर फिर असल गल यही है कि देखो खुदा ने कुरान करीम चल बयान कर दिखती है दुनिया च कोई नबी कोई रसूल कोई खुदा नेक बंदा ऐसा नहीं है जी मुखालफत ना हुई हो माया बेस्ता खुदा ने कानून बयान कर दता है कुरान शेव कि कोई भी नबी कोई रसूल कोई अवतार कोई नहीं अज तक आया जी ने मुखालफत ना की हो इस करके मिर्जा गुलाम अहमद कादयानी जेडे मसीमा वाण का मसीम दावा किया है ਨਬੀ ਹੋਣ ਦਾ ਯਾਨੀ ਨਬੀ ਤੋਂ ਮੁਰਾਦ ਸਬੋਰਡੀਨੇਟ ਪ੍ਰੋਫਟ ਟੂ ਦੀ ਹੋਲੀ ਪ੍ਰੋਫਟ ਸਲਮ ਆ ਹਜ਼ਰਤ ਸਲਮ ਦੇ ਮਾਤੇ ਹੈ ਤੋਂ ਗੁਲਾਮੀ ਚੋਂ ਕੇ ਆਏ ਨੇ ਉਹ ਉਮਤੀ ਨਬੀ ਬਣ ਕੇ ਆਏ ਨੇ ਤੇ ਉਹਨਾਂ ਦੇ ਨਾਲ ਵੀ ਮੁਖਾਲਫਤ ਹੋਣੀ ਹੋਣੀ ਸੀ ਤੇ ਜਦੋਂ ਮੁਕੱਦਰ ਸੀ ਤੇ ਮੁਖਾਲਫਤ ਹੋਣੀ ਮੁਖਾਲਫਤ ਹੋਣ ਚ ਉਹਨਾਂ ਨੇ ਕਿਹਾ ਜੀ ਤੁਸੀਂ ਮੁਸਲਮਾਨ ਨੇ ਅਸਲ ਗੱਲ ਇਹ ਅਗਰ ਦਲੀਲ ਬਾਜ਼ੀ ਨਾਲ ਗੱਲ ਕਰਨ ਤੇ ਫੇਰ ਤੇ ਇਹਨਾਂ ਕੋਲ ਦਲੀਲ ਹੈ ਹੀ ਨਹੀਂ ਇਹ ਪਾਵਰ ਕਿਆ ਕਿਸੇ ਹਕੂਮਤ ਨੂੰ ਪਾਰਲੀਮੈਂਟ ਨੂੰ ਕਿਸੇ ਨੂੰ ਵੀ ਦੁਨੀਆ 'ਚ ਇਹ ਤਾਕਤ ਹੈ ਕਿ ਉਹ ਕਵੇ

ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਗੱਲਾਂ ਕਰ ਰਹੇ ਹਾਂ ਇਮਾਮ ਸ਼ਮਸ਼ਾਦ ਜੀ ਦੇ ਨਾਲ ਤੇ ਮਕਬੂਲ ਤਾਇਲ ਜੀ ਨਾਲ ਡੈਟ੍ਰੋਇਟ ਤੋਂ ਸਾਡੇ ਨਾਲ ਜੁੜੇ ਹੋਏ ਨੇ ਸ਼ਾਂਤੀ ਦਾ ਪੇਗਾਮ ਲੈ ਕੇ ਆਏ ਨੇ ਤੇ ਮੈਨੂੰ ਇਹ ਗੱਲ ਦੱਸੋ ਕਿ ਤੁਹਾਡੇ ਜਿਹੜੇ ਫਾਊਂਡਰਸ ਹਨ ਮਿਲਜਾ ਸਾਹਿਬ ਉਹਨਾਂ ਦੇ ਜਾਨ ਤੋਂ ਬਾਅਦ ਤੁਸੀਂ ਆਪਣੀ ਇਸ ਮਿਸ਼ਨ ਨੂੰ ਕਿੱਦਾਂ ਅੱਗੇ ਲੈ ਕੇ ਜਾ ਰਹੇ ਹੋ ਮਤਲਬ ਉਹਨਾਂ ਦੀਆਂ ਲੀਹਾਂ ਤੇ ਚੱਲਦੇ ਹੋ ਜੋ ਉਹਨਾਂ ਦੇ ਕਹੇ ਹੋਏ ਵਾਕਿਆ ਸੀ ਆ ਮਤਲਬ ਤੁਸੀਂ ਕੁਝ ਚੇਂਜਸ ਕੀਤੇ ਨੇ ਕਿ ਉਹੀ ਚੱਲੇ ਆ ਰਹੇ ਨੇ ਤੁਹਾਡੇ ਨਾਲ ਮੈਂ ਇਹਦੇ ਬਾਰੇ ਚ ਤੁਹਾਨੂੰ ਦੱਸਣਾ ਲੇਕਿਨ ਪਹਿਲੇ ਸਵਾਲ ਦਾ ਜਵਾਬ ਥੋੜਾ ਜਿਹਾ ਰਹਿ ਗਿਆ ਸੀ ਉਹਨੂੰ ਮੁਕੰਮਲ ਕਰ ਹਾਂਜੀ ਹਾਂਜੀ ਬਿਲਕੁਲ ਹਾਂਜੀ ਕਿ ਓਕੇ ਦੇਖੋ ਜੀ ਪਾਕਿਸਤਾਨ ਦੀ ਕੌਮੀ ਅਸੈਂਬਲੀ ਨੇ 1974 ਸਾਨੂੰ ਗੈਰ ਮੁਸਲਮ اقلیت قرار ਦਿੱਤਾ ਹੈ ਫਾਰ ਦੀ ਪਰਪਸ ਆਫ ਦੀ ਕਨਸਟੀਟਿਊਸ਼ਨ ਆਫ ਪਾਕਿਸਤਾਨ ਇਹ ਕੋ ਸਿਆਸੀ ਫੈਸਲਾ ਸੀ ਮذਬੀ ਫੈਸਲਾ ਨਹੀਂ ਸੀ ਸਾਤੀ ਫੈਸਲਾ ਸੀ ਜੀ حکومت ਨੇ ਆਪਣੀ ਹਕੂਮਤ ਨੂੰ ਦਰਾਜ਼ ਕਰਨ ਵਾਸਤੇ ਲੋਕਾਂ ਦੇ ਪ੍ਰੈਸ਼ਰ ਚ ਆ ਕੇ ਦਬਾਅ ਚ ਆ ਕੇ ਸਾਨੂੰ ਗੈਰ ਮੁਸਲਮ ਲੇਕਿਨ ਸਵਾਲ ਇਹ ਹੈ ਸਵਾਲ ਹੈ ਵੇ ਕਿਆ ਕੋਈ ਪਾਰਲੀਮੈਂਟ ਕੋਈ ਹਕੂਮਤ ਨੂੰ اختیار ਹੈ ਕਿਸੇ ਵੱਲੋਂ ਕਿ ਕਿਸੇ ਦੇ ਈਮਾਨ ਦਾ ਫੈਸਲਾ ਕਰੇ ਸਾਡਾ ਫੈਸਲਾ ਕਰ ਦਿੱਤਾ ਬਾਕੀਾਂ ਦਾ ਵੀ ਨਾ ਫੈਸਲਾ ਕੀਤਾ ਕਿ ਉਹ ਮੁਸਲਮਾਨ ਨੇ ਔਰ ਅਸੀਂ ਗੈਰ ਮੁਸਲਮਾ ਜਦ ਇਹਦੇ ਵਿੱਚ ਮੈਂ ਗੱਲ ਕਰਦੀ ਆ ਤੁਹਾਡੇ ਨਾਲ ਕਿ ਜਿਹੜੇ ਕਿ ਇੱਥੇ ਇੱਕ ਹੋਰ ਗਰੁੱਪ ਹੈ ਸਾਡੇ ਨਾਲ ਜਿਹੜੇ ਕਿ ਪਾਕਿਸਤਾਨੀ ਕ੍ਰਿਸਚੀਅਨ ਨੇ ਉਹ ਉਹਨਾਂ ਨਾਲ ਵੀ ਉਸੇ ਤਰ੍ਹਾਂ ਦਾ ਹੀ ਬਿਹੇਵ ਸਲੂਕ ਕੀਤਾ ਜਾਂਦਾ ਹੈਗਾ ਜਿੱਦਾਂ ਕਿ ਤੁਹਾਡੀ ਕਮਿਊਨਿਟੀ ਨਾਲ ਕੀਤਾ ਜਾਂਦਾ ਹੈ ਕੀ ਇਹ ਸੱਚ ਹੈ ਜੋ ਜੋ ਖਬਰਾਂ ਆndੀਆਂ ਨੇ ਜੋ ਦੇਖ ਰਹੇ ਆ ਉਹਦੇ ਵਿੱਚ ਤੇ ਆਈ ਹੈ ਕਿ ਮਿਨੋਰਟੀਜ਼ ਪਾਕਿਸਤਾਨ 'ਚ ਕੋਈ ਉਹਨਾਂ ਦਾ تحفظ ਨਹੀਂ ਹੈ ਖੁਦ ਸਾਡਾ تحفظ ਨਹੀਂ ਆਏ ਦਿਨ ਸਾਡੇ ਲੋਕ ਉੱਥੇ ਸ਼ਹੀਦ ਕੀਤੇ ਜਾ ਰਹੇ ਨੇ ਮਾਰੇ ਜਾ ਰਹੇ ਨੇ ਪਰਸੀਕਿਊਸ਼ਨ ਹੋ ਰਹੀ ਹੈ ਔਰ ਉਹਦੇ ਉਹਦੇ ਵਜ੍ਹਾ ਹੈ ਨਾ ਕਿ ਕਾਨੂੰਨ ਗਵਰਨਮੈਂਟ ਐਸਾ ਬਣਾਤਾ ਹੈ ਬਾਕੀਆ ਦੇ بارش ਕਾਨੂੰਨ ਨਹੀਂ ਹੈ ਸਾਡੇ بارش ਕਾਨੂੰਨ ਹੈ ਔਰ ਹੁਣ ਕੋਈ ਵੀ ਝੂਠੀ ਜਾ ਕੇ ਸ਼ਿਕਾਇਤ ਸਾਡੇ ਅਹਿਮਦਿਆਂ ਦੇ بارش ਲਾ ਦੇਤੇ ਉਹਨੂੰ ਅੰਦਰ ਜੇਲ੍ਹ ਚ ਪਾ ਦੇਣਗੇ ਤੇ ਇਹ ਮਸਲਾ ਹੈ ਕਿਉਂਕਿ 1974 ਚ ਹਕੂਮਤ ਨੇ ਸਾਨੂੰ ਗੈਰ ਮੁਸਲਮਕਲੀਅਤ ਕਰਾ ਦਿੱਤਾ ਫਿਰ 1974 ਚ ਡਿਕਟੇਟਰ ਜ਼ਿਆਉ ਲਕ ਨੇ ਐਸੇ ਆਰਡੀਨੈਂਸ ਤਰਮੀਮਾ ਕੀਤੀਆਂ ਕਾਨੂੰਨ ਵਿੱਚ ਕਿ ਅਸੀਂ ਆਪਣੀ ਮਸਜਿਦ ਨੂੰ ਮਸਜਿਦ ਨਹੀਂ ਕਹਿ ਸਕਦੇ ਨਮਾਜ਼ ਨੂੰ ਨਮਾਜ਼ ਨਹੀਂ ਕਹਿ ਸਕਦੇ ਕਲਮਾ ਨਹੀਂ ਪੜ ਸਕਦੇ ਅਸਲਾਮ ਅਲੈਕੁਮ ਨਹੀਂ ਕਹਿ ਸਕਦੇ ਸ਼ਾਦੀਆਂ ਦੇ ਕਾਰਡ ਤੇ ਬਿਸਮਿਲ੍ਲਾਹ ਰਹਿਮਾਨ ਰਹੀਮ ਲਿਖਿਆ ਅਸਲਾਮ ਅਲੈਕੁਮ ਲਿਖਿਆ ਉਹਨਾਂ ਨੂੰ ਜੇਲ੍ਹ ਚ ਪਾ ਦਿੱਤਾ ਅਗਲਿਆਂ ਨੇ ਤੇ ਇਸ ਕਰਕੇ ਛੋਟੀ ਛੋਟੀ ਚੀਜ਼ਾਂ ਨਹੀਂ ਸਾਡੇ ਬੁਨਿਆਦੀ ਹਕੂਕ ਤੋਂ ਮਹਿਰੂਮ ਕੀਤਾ ਪਾਕਿਸਤਾਨ ਇਸ ਕਾਨੂੰਨ ਦੀ ਵਜ੍ਹਾ ਨਾਲ ਸਿਰਫ ਇਹ ਫਰਕ ਹੈ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਹਕੂਮਤ ਨੇ ਸਾਨੂੰ ਗੈਰ ਮੁਸਲਮ ਅਕਲੀਅਤ ਘਰਾੜ ਦਿੱਤਾ ਇਸ ਕਰਕੇ ਲੋਕੀ ਸਮਝਦੇ ਨੇ ਜਿ ਹਕੂਮਤ ਤੁਹਾਨੂੰ ਕਹਤਾ ਹੈ ਕਿ ਇਸ ਕਰ ਤੁਸੀਂ ਗੈਰ ਮੁਸਲਮ ਹੋ ਗਏ ਬਈ ਅਸੀਂ ਕੋਈ ਆਪਣੇ ਈਮਾਨ ਦਾ ਸਰਟੀਫਿਕੇਟ ਹਕੂਮਤ ਕੋਲੋਂ ਲੈਣਾ ਹੈ ਜਾਂ ਖੁਦਾ ਕੋਲੋਂ ਲਿਆ ਹੈ ਅਸੀਂ ਖੁਦਾ ਦੇ ਨਾਲ ਆ ਹਕੂਮਤ ਦੇ ਨਾਲ ਨਹੀਂ ਇਸ لحاظ ਨਾਲ ਤਾਂ ਨਹੀਂ ਸਾਨੂੰ ਮੁਸਲਮਾਨ ਕਿਹਾ ਤੇ ਜਿਸ ਤੁਹਾਡਾ ਦੂਸਰਾ ਸਵਾਲ ਹੈ ਕਿ ਇਹ ਦੂਸਰਾ ਸਵਾਲ ਬਾਅਦ ਚ ਪਹਿਲਾਂ ਸਦਰ ਸਾਹਿਬ ਤੋਂ ਵੀ ਇਹਨਾਂ ਦੇ ਵਿਚਾਰ ਲੈਣਾ ਚਾਹਾਂਗੇ ਜਿਹੜੇ 1974 ਦਾ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਉਹ ਦਿੱਤੇ ਜੀ ਦੇਖੋ ইমাম ਸਾਹਿਬ ਨੇ ਇਹਨੂੰ ਬੜੇ ਅੱਛੇ ਤਰੀਕੇ ਨਾਲ ਬਿਆਨ ਕਰ ਦਿੱਤਾ ਕਿ ਮਜ਼ਹਬ ਦਾ ਜਿਹੜਾ تعلق ਆ ਉਹ ਬੰਦੇ ਤੇ ਖੁਦਾ ਦੇ ਦਰਮਿਆਨ ਆ ਜੀ ਬਿਲਕੁਲ ਸਹੀ ਕਿਹਾ ਔਰ ਅਗਰ ਬੰਦੇ ਇੱਕ ਦੂਸਰੇ ਦਾ ਮਜ਼ਹਬ ਡਿਫਾਈਨ ਕਰਨਾ ਸ਼ੁਰੂ ਕਰ ਦੇਣ ਕਿ ਇਹ ਤੇਰਾ ਮਜ਼ਹਬ ਪਿਆ ਉਹਦਾ ਮਜ਼ਹਬ ਤਾਂ ਤੁਸੀਂ ਖੁਦ ਅੰਦਾਜ਼ਾ ਕਰ ਲਓ ਕਿ ਗੱਲ ਕਿੱਥੇ ਜਾ ਕੇ ਮੁੱਕੇਗੀ ਜੀ ਔਰ 1974 ਦੇ ਵਿੱਚ ਫੈਸਲਾ ਤੇ ਇਹਨਾਂ ਨੇ ਕਰ ਦਿੱਤਾ ਸਾਰਿਆਂ ਨੇ ਇਕੱਠੇ ਹੋ ਗਏ ਜੀ ਔਰ ਜਿਹੜਾ ਕਿ ਹੋਣਾ ਸੀ ਫੈਸਲਾ ਕਿਉਂਕਿ ਇਹ ਤਕਦੀਰ ਵਿੱਚ ਸੀਗਾ ਕਿਉਂਕਿ ਇਸ ਤੋਂ 1400 ਸਾਲ ਪਹਿਲੇ ਰਸੂਲullah ਸਲ ਸਲਮ ਨੇ ਜਿਹੜੇ ਕਿ ਸਾਰੇ ਨਬੀਆਂ ਦੇ ਸਰਦਾਰ ਨੇ ਖਾਤਮੁਨ ਨਬੀਯੀਨ ਨੇ ਉਹਨਾਂ ਨੇ ਗੱਲ ਕਹੀ ਸੀ ਕਿ ਇੱਕ ਵਕਤ ਆਣਾ ਵਾ ਜੇ ਤਾਂ ਇਹ ਸਾਰੇ ਇਕੱਠੇ ਹੋ ਕੇ ਇੱਕ ਜਮਾਤ ਨੂੰ ਅਲੈਦਾ ਕਰ ਦੇਣਗੇ ਇਹ ਫੈਸਲਾ ਤੇ ਹੋਣਾ ਸੀ ਲੇਕਿਨ ਇਹਦਾ ਨਤੀਜਾ ਇਹ ਨਿਕਲਿਆ ਕਿ ਹੁਣ ਤੁਸੀਂ ਅਗਰ ਦੇਖੋ ਯਾਦ ਹੋਵੇਗਾ ਨਾ ਕਿ ਤੁਸੀਂ ਇਸ ਜਮਾਤ ਨੂੰ ਬਾਹਰ ਕੱਢ ਕੇ ਤੁਸੀਂ ਬੜੇ ਸ਼ਾਂਤੀ ਨਾਲ ਬੈਠ ਗਏ ਜੀ ਮੁਨੇ ਹੋਇਆ ਕਿ ਇਹ ਬਾਹਰ ਹੁਣ ਆਪਾਂ ਤੋਂ ਸ਼ੁਰੂ ਹੋ ਗਏ ਨੇ ਕਿ ਐਵੀ ਬਾਹਰ ਆ ਤੇ ਐਵੀ ਬਾਹਰ ਆ ਤੇ ਐਵੀ ਬਾਹਰ ਆ ਗੱਲ ਇਹ ਆ ਕਿ ਜਿਹੜੀ ਖੁਦਾ ਤਾਲਾ ਨੇ ਜੀਐਸਟੀ ਰਿਸਪਾਂਸਿਬਿਲਟੀ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਨਹੀਂ ਜੀ ਅਗਰ ਤੁਸੀਂ ਖੁਦਾ ਦੀਆਂ ਬਾਉਂਡਰੀਆਂ ਨੂੰ ਕਰਾਸ ਕਰੋਗੇ ਤੇ ਉਹਦੇ ਨਤੀਜੇ ਚੰਗੇ ਨਹੀਂ ਹੁੰਦੇ ਔਰ ਇਹੀ ਕੁਸ਼ਾਂ ਹੀ ਵੇਖਣ ਦੇ ਆ ਜੀ ਜੀ

ताकियामत रहेगा और जरिए इस्लाम इस अहमदिया जी फैलती चली जाएगी देख लो उस जमानेलाम इमाम के जमाने चे जमात अहमदिया हु, हु, हुई थी और हिंदुस्तान के अंदर और कुछ मुल्क अंदर बाहर लेकिन हम खिलाफत जरिए दो सौ तो ज्यादा मुल्क में जमात का पैगाम पहुंच रहा उन्होंने रहनमायर रह हदायत ओ, मसी मौत दैगाम अगर चल रहे हैं खिलाफत जारी है जिस तरह तो बाद चार खुलफा गुजरे ने इस तरह मसी मौत की तो बाद अंदर खिलाफत निजाम जारी है और खुदा तला फरमान है मसी मौत के जरिए जरा मिले कि यह क्यामत तक जारी रहेगा खिलाफत निज़ाम ਤੇ ਇਸ ਵਕਤ ਸਾਡੇ ਪੰਜਵੇਂ ਖਲੀਫਾ ਨੇ ਮਿਰਜ਼ਾ ਮਸਰੂਰ احمد اور ਉਹ 2003 ਵਿੱਚ ਖਲੀਫਾ ਬਣੇ ਸਨ ਮੈਂ ਸੋਚਿਆ ਕਿ ਉਹਨਾਂ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿਆਂ ਇਹ ਉਹਨਾਂ ਦੀ ਤਸਵੀਰ ਹੈ ਮਿਰਜ਼ਾ ਮਸਰੂਰ احمد ਜਿਹੜੇ ਸਾਡੇ ਇਸ ਵਕਤ ਖਲੀਫਾ ਨੇ ਪੰਜਵੇਂ ਖਲੀਫਾ ਪੰਜਵੇਂ ਖਲੀਫਾ ਤੇ ਹਾਂ ਤੇ ਇੱਕ ਹੋਰ ਗੱਲ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਰੀਸੈਂਟਲੀ ਅਸੀਂ ਨਿਊਯਾਰਕ ਟਾਈਮ ਵਿੱਚ ਇੱਕ ਐਡਵਰਟਾਈਜ਼ਮੈਂਟ ਦਿੱਤੀ ਹੈ ਆਪਣੀ

ਔਰ ਫਿਰ ਦੂਸਰੀ ਗੱਲ ਹੈ ਮੈਂ ਤੁਹਾਨੂੰ ਕੁਝ ਮਸੀਹ ਮੌਦ ਦੀ ਚੀਜ਼ਾਂ ਪੜ੍ਹ ਕੇ ਸੁਣਾ ਦਿੰਦਾ ਵਾਂ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਆਏ ਕਾਦੇ ਵਾਸਤੇ ਨਾ ਉਹਨਾਂ ਦਾ ਕੀ ਕੀ ਸੀ ਮੈਂ ਇਹ ਉਰਦੂ ਵਿੱਚ ਹੈ ਲੇਕਿਨ ਮੈਂ ਅਗਰ ਮੌਕਾ ਮਿਲੇ ਤਾਂ ਫਿਰ ਪੰਜਾਬੀ ਵਿੱਚ ਵੀ ਦੱਸ ਦਿਆਂ ਕਿਉਂਕਿ ਉਮੀਦ ਹੈ ਜਿਹੜੇ ਪੰਜਾਬੀ ਸਮਝਦੇ ਨੇ ਉਹ ਉਰਦੂ ਵੀ ਥੋੜਾ ਨਹੀਂ ਸਮਝਦੇ ਹਾਂ ਮੈਂ ਲੇਕਿਨ ਥੋੜੇ ਤੋਰੇ ਤੋਰੇ ਦੇ ਅੱਖਰਾਂ ਦੇ ਥੋੜੇ ਜੇ ਉਹਦੇ ਵਰਡਸ ਦੇ ਵਿੱਚ ਇਹਨਾਂ ਨੂੰ ਸਮਝਾ ਦਿਓ ਤਾਂ ਕਿ ਉਹਨਾਂ ਨੂੰ ਸਮਝ ਆ ਜਾਵੇ ਕਿ ਅਹਿਮਦੀਆ ਕਮਿਊਨਿਟੀ ਕੌਣ ਹੈਗੀ ਹੈ ਕਿੱਥੋਂ ਆਈ ਐਸੇ ਤੇ ਸਾਰੇ ਪੰਜਾਬ ਤੋਂ ਨੇ ਫਾਊਂਡਰ ਵੀ ਪੰਜਾਬ ਤੋਂ ਨੇ ਤੇ ਪੰਜਾਬੀ ਨੇ ਦੇਖਿਆ ਜਾਏ ਤੇ ਰੋਇਆ ਪੰਜਾਬ ਜਦੋਂ ਵੀ ਦੇਖੋ ਤਾਂ ਪੰਜਾਬ ਹੀ ਰੋਇਆ ਹੈ ਪਾਕਿਸਤਾਨ ਬਣਿਆ ਪੰਜਾਬ ਅਲੱਗ ਹੋ ਗਿਆ ਪਾਣੀ ਦਰਿਆ ਵੰਡੇ ਗਏ ਆ ਇੰਡੀਆ ਦੇ ਵਿੱਚ ਪੰਜਾਬ ਤੋਂ ਹਿੱਸੇ ਕੱਟਦੇ ਗਏ ਕਦੇ ਹਿਮਾਚਲ ਬਣ ਗਿਆ

अपनी तमाम ताकत से कोशिश करो और उसके बंदों पर रहम करो और उन पर जुबान या हाथ या किसी तदबीर से जुलम ना करो और मखलूक की भलाई के लिए कोशिश करते रहो और किसी पर तकबर ना करो गो अपना मातहत हो गरीब और हलीम और नेकनीत और मखलूक के हमदर्द बन जाओ ताकबूल किए जाओ उ फ्रमानदे ने छोटों पर रहम करो ना उनकी तहकीर और आलिम होकर ना दानों को नसीहत करो ना खुद नुमाई से उनकी तजलील और अमीर होकर गरीबों की खिदमत करो ना खुद पसंदी से उन पर तकबर हिलात की राहों से डरो खुदा से डरते रहो और तकबा इख्तियार करो और मखलूक की पुरस्श ना करो और अपने मौला की तरफ मुनखते हो जाओ और दुनिया से दिल बर्दाश्त रहो और उसी के लिए हो जाओ और उसी के लिए ज़िंदगी बसर करो और उसके लिए हर एक नापाकी और गुना से नफरत करो क्योंकि वो पाख है चाहिए कि हर एक सुबह तुम्हारे लिए गवाही दे कि तुमने तकवा से रात बसर की और हर एक शाम तुम्हारे लिए गवाही दे कि तुमने डरते डरते करीम तालीमांत की रोशनी चेहरे मुहम्मद रसूल खातमीन ने सल उन्होंने खुदा न एक मनो और कोशिश करो कि उन्होंने बंद रहम करो बंदे भी आपने फरमाया या किसी तरीके बेरहमी ना करो जी और बल्कि एक जगह आपने है कि अगर कोई हिंदू है सिख है, ईसाई है, मदद दा तलब रहे है, और मदद नहीं करते किसी घर जल रहा है हम मदद वास्ते नहीं जाते तो, मेरे न कोई तलक नहीं फिर जी कोई नहींसलमान की करनी है खिदमत करनी है प्यार नहीं नबी करीम सल फरमाया मुसलमान तो साहब ने लिखा है बल्कि लिखा है कि तुम इस तरह हो जाओ जिस तरह आप फरमा तुम अगर चाहते हो कि आसमान पर तुम से खुदा राजी हो तो तुम बहा में एक हो जाओ जैसे एक पेट में से दो भाई तुम में से ज्यादा बुजुर्ग वही है जो ज्यादा अपने भाई के गुना बख्शता है और है वो जो ज़िद करता है और नहीं बख्शता आसमान थे राजी रहे आपस तरह रवो जिस तरह एक माँ तो दो भाई होंगे ने कोई नहीं तू ईसाई है हिंदू है उन्हें क्या आपस इस तरह रवो ਇਸ ਤਰ੍ਹਾਂ ਪਿਆਰ ਮੁਹੱਬਤ ਨਾਲ ਰਹੋ ਸ਼ਾਂਤੀ ਨਾਲ ਰਹੋ ਜਿਸ ਤਰ੍ਹਾਂ ਇੱਕ ਮਾਂ ਚ ਦੋ ਪਰਾ ਹੁੰਦੇ ਨੇ ਜੀ ਅੱਗੋਂ ਬਾਅਦ ਕੋ ਵੀ ਇਮਾਮ ਸਾਹਿਬ ਲੈਂਦੇ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਔਰ ਬ੍ਰੇਕ ਤੋਂ ਬਾਅਦ ਮਿਲਦੇ ਆ ਤੁਹਾਨੂੰ ਤੁਸੀਂ ਦੇਖ ਰਹੇ ਹੋ ਕਿ ਆਪਾਂ ਜੁੜੇ ਹੋਏ ਆ ਡੈਟਰਾਇਟ ਤੋਂ ਇਮਾਮ ਸਾਹਿਬ ਤੇ ਮਕਬੂਲ ਤਾਇਰ ਜੀ ਨਾਲ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮਿਲਦੇ ਆ ब्रेक ਤੋਂ ਬਾਅਦ ਫਿਰ ਤੁਹਾਡਾ ਸਵਾਗਤ ਹੈਗਾ ਜਿਸ ਤਰ੍ਹਾਂ ਕਿ ਦੇਖ ਰਹੇ ਹੋ ਟਾਕ ਟਾਈਮ ਦੇ ਵਿੱਚ ਅਸੀਂ ਜੁੜੇ ਹੋਇਆ ইমাম ਸਾਹਿਬ ਨਾਲ ਜਿਟਰੇਟ ਤੋਂ ਤੇ ਜੀ ইমাম ਸਾਹਿਬ ਜੀ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਮਿਰਜ਼ਾ ਸਾਹਿਬ ਨੇ ਆਉਣ ਦਾ ਮਿਸ਼ਨ ਹੈ ਇਹ ਕਿ तमाम ਦੁਨੀਆ 'ਚ ਅਮਨ ਕਾਇਮ ਕੀਤਾ ਜਾਏ ਉਹਦੇ ਵਾਸਤੇ ਉਹਨਾਂ ਨੇ ਨੁਸਖਾ ਵੀ ਲਿਖਿਆ ਮੈਂ ਉਹ ਨੁਸਖਾ ਵੀ ਦੱਸਣਾ ਕਿ ਕੀ ਹੈ ਪਰ ਮੈਂ ਜਿਹੜੀ ਗੱਲ ਤੁਹਾਨੂੰ ਦੱਸ ਰਿਹਾ ਸੀ ਉਹ ਇਹ ਕਿ ਉਹਨਾਂ ਫਰਮਾਇਆ ਕਿ ਤੁਸੀਂ ਖੁਦਾ ਦੇ ਨਾਲ ਬਣੋ खुदा लग जाओ लोग करो, हमदर्दी करो एक जगह लिखते हैं अपने गरीब भाई रहम करो तो आसमान पर भी तुम रहो जी, 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 बचे सारे जो नुस्खा उन्होंने दसिया है कि अमन दुनिया किस तरह कायम हो सद्दी किताब च लिखते ने असूल निहायत प्यारा और अमन बख्श और सुलहकारी की बुनियाद डालने वाला और अखलाकी हालतों को मदद देने वाला है कि हम उन तमाम नबियों को सच्चा समझ लें जो दुनिया में, 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 में या किसी और, और इज्जत और अजमत बिठा दे ए है असूल नुस्खा जेडा उन्ह हर एक इज्जत करो खा ईसाई हो यहूदी हो सिख हो जो भी बड़े बुजुर्ग नबी आए ने सब ਇੱਜ਼ਤ ਦੀ ਨਿਗਾਹ ਨਾਲ ਦੇਖੋ ਤੇ ਗੱਲ ਬਣ ਜਾਏਗੀ ਇਹ ਹੈ ਇੱਕ ਆਪਸ ਤੇ ਜੀ ਜੀ ਸਾਹਿਬ ਕਹਿੰਦੇ ਨੇ ਕਿ ਵੀ ਹੱਥ ਜਿਹੜੇ ਨੇ ਨਾ ਉਹ ਬੜੇ ਪਾਕ ਹੁੰਦੇ ਨੇ ਜਿਹੜੇ ਕਿ ਦੁਆ ਤੋਂ ਜ਼ਿਆਦਾ ਸੇਵਾ ਲਈ ਉਠਣ ਠੀਕ ਹੈ ਜੀ ਤੁਹਾਡੀ ਦੁਆ ਵੀ ਤਾਂ ਹੀ ਕਬੂਲ ਹੁੰਦੀ ਹੈ ਤੇ ਇਸ ਕਰੋਨਾ ਦੇ ਵਿੱਚ ਜਾਂ ਤੁਹਾਡੀ ਮਿਸ਼ਨਰੀ ਤੁਹਾਡੀ ਅਮਨ ਦੇ ਕਮਿਊਨਿਟੀ ਇੱਥੇ ਦੇ ਵਸਣ ਦੇ ਲਈ ਹੈ ਚਾਹੇ ਉਹ ਹੋਮਲੈਸ ਹੋਣ ਚਾਹੇ ਉਹ ਕੋਵਿਡ ਦੇ ਨਾਲ ਜੂਝ ਰਹੇ ਨੇ ਤੇ ਮੈਂ ਇੱਕ ਵਾਰੀ ਵੇਖਿਆ ਸੀਗਾ ਇੱਥੇ ਫੀਨਿਕਸ ਤੁਹਾਡੀ ਮਸਜਿਦ ਦੇ ਵਿੱਚ ਬਲੱਡ ਡੋਨੇਸ਼ਨ ਦਾ ਕੈਂਪ ਲੱਗਿਆ ਸੀਗਾ ਇਹਦੇ ਬਾਰੇ ਤੁਸੀਂ ਸਦਰ ਸਾਹਿਬ ਕੁਝ ਦੱਸਣਾ ਚਾਹੁੰਦੇ ਹੋ ਫਿਰ ਆਪਾਂ ਇਮਾਨ ਸਾਹਿਬ ਦੇ ਕੋਲ ਜੀ ਪਹਿਲੀ ਗੱਲ ਤੇ ਇਹ ਕਿ ਆਬਵੀਅਸਲੀ ਇਹ ਬੜੀ ਤਕਲੀਫ ਦੀ ਗੱਲ ਹੈ ਕਿ ਸਾਰੇ ਇਸ ਦੌਰ ਚੋਂ ਗੁਜ਼ਰ ਰਹੇ ਆਂ ਅਸੀਂ ਕਦੀ ਸੋਚਿਆ ਨਹੀਂ ਸੀ ਕਿ ਐਸੀ ਵੀ ਜ਼ਿੰਦਗੀ 'ਚ ਇਹ ਇਹ ਚੀਜ਼ ਦੇਖਾਂਗੇ ਜੀ ਲੇਕਿਨ ਹੁਣ ਅਸੀਂ ਇਹ ਵਿੱਚੋਂ ਗੁਜ਼ਰ ਰਹੇ ਆਂ ਪਹਿਲੀ ਗੱਲ ਇਹ ਹੈ ਕਿ ਕਮਿਊਨਿਟੀ ਦੀ ਸੇਫਟੀ ਜਿਹੜੀ ਆ ਉਹ ਨੰਬਰ 1 ਪ੍ਰਾਇੋਰਟੀ ਹੈ ਟਾਪ ਟੂ ਬਾਟਮ ਜਿਹਨੂੰ ਕਹਿੰਦੇ ਨੇ ਉਤੋਂ ਲੱਗ ਕੇ ਥੱਲੇ ਤੱਕ ਜਿਹੜੀ ਮੈਨੇਜਮੈਂਟ ਆ ਉਹ ਸਭ ਤੋਂ ਪਹਿਲੇ ਇਹ ਸਾਰਿਆਂ ਨੂੰ ਕਿਹਾ ਗਿਆ ਕਿ ਜਿਹੜੇ ਜਿਹੜੇ ਰੂਲਸ ਰੈਗੂਲੇਸ਼ਨਸ ਨੇ ਗਵਰਨਮੈਂਟ ਅਪਰੂਵ ਕੀਤੀ ਸਾਰਿਆਂ ਨੂੰ ਮੰਨ ਉਹਨਾਂ ਨੂੰ ਮੰਨ ਕੇ ਉਹਨਾਂ ਦੇ ਅਮਲ ਕਰੋ ਕੋਈ ਚੀਜ਼ ਉਹਨਾਂ ਦੇ ਖਿਲਾਫ ਨਹੀਂ ਜਾਣੀ ਚਾਹੀਦੀ ਜਦੋਂ ਕਿਹਾ ਕਿ ਮਾਸਕ ਪਾਓ ਸਾਰਿਆਂ ਨੇ ਮਾਸਕ ਪਾਉਣਾ ਜਦੋਂ ਕਿਹਾ ਕਮਿਊਨਿਟੀ ਸੈਂਟਰ ਬੰਦ ਕਰ ਦਿਓ ਕਮਿਊਨਿਟੀ ਸੈਂਟਰ ਬੰਦ ਹੋ ਗਿਆ ਜਦੋਂ ਉਹਨਾਂ ਨੂੰ ਕਿਹਾ ਕਿ ਮੁਲਾਕਾਤਾਂ ਬੰਦ ਕਰ ਦਿਓ ਔਰ ਇਸ ਨੂੰ ਇੰਪਲੀਮੈਂਟ ਕਰਵਾਉਣਾ ਜਿਹੜਾ ਇਹ ਵੀ ਇੱਕ ਐਜ਼ ਅ ਸਦਰ ਮੇਰੀ ਰਿਸਪੌਂਸਿਬਿਲਟੀ ਆ ਕਿ ਕਮਿਊਨਿਟੀ ਸੈਂਟਰ ਕਮਿਊਨਿਟੀ ਜਿਹੜੀ ਆ ਸੇਫ ਔਰ ਸਾਉਂਡ ਰਹੇ ਹੁਣ ਕਮਿਊਨਿਟੀ ਤੋਂ ਬਾਹਰ ਜਿਹੜੀਆਂ ਐਕਟੀਵਿਟੀਆਂ ਨੇ ਇਸ ਦੇ ਬਾਵਜੂਦ ਵੀ ਸਾਡੀ ਇੱਥੇ ਜਿਹੜੀ ਡਿਟਰਾਇਡ ਦੇ ਵਿੱਚ ਕਮਿਊਨਿਟੀ ਸੈਂਟਰ ਆ ਸਾਡਾ ਉਹ ਕੋਵਰਡ ਦੇ ਵਿੱਚ ਮਲਟੀਪਲ ਟਾਈਮ ਜਿਹੜੀਆਂ ਮੈਂ ਬਹੁਤ ਦਫਾ ਉੱਥੇ ਜਿਹੜੀ ਆ ਬਲੱਡ ਡਰਾਈਵਸ ਹੋਈਆਂ ਨੇ ਜਿਹਦੇ ਡਿਟਰਾਇਡ ਕਰਾਸ ਵਾਲਿਆਂ ਨੇ ਬਲੱਡ ਲਿਆ ਇਸ ਤੋਂ ਇਲਾਵਾ ਫੂਡ ਜਿਹੜੀ ਆ ਜਿੱਥੇ-ਜਿੱਥੇ ਵੀ ਤੁਹ ਕੋਈ ਖਬਰ ਮਿਲਦੀ ਆ ਕਿ ਕਿਸੇ ਬੰਦੇ ਨੂੰ ਇਸ ਚੀਜ਼ ਦੀ ਜ਼ਰੂਰਤ ਆ ਅਸੀਂ ਕੁਝ ਫੂਡ ਜਿਹੜੀ ਸੀ ਪਹਿਲੇ ਤੋਂ ਇਕੱਠੀ ਕੀਤੀ ਉਹਨਾਂ ਦੇ ਬੈਗਸ ਬਣਾ ਕੇ ਉਹਨਾਂ ਦੇ ਜਿਹੜੇ ਨੇ ਵਲੰਟੀਅਰ ਨੇ ਉਹਨਾਂ ਨੂੰ ਦੇ ਕੇ ਆਉਂਦੇ ਨੇ ਘਰ ਮੌਜੂਦ ਇਸੇ ਤਰ੍ਹਾਂ ਹੈ ਕਿ ਅਗਰ ਕਿਸੇ ਨੂੰ ਕੋਈ ਮੈਡੀਸਨ ਦੀ ਜ਼ਰੂਰਤ ਆ ਔਰ ਏਜਡ ਬੰਦੇ ਜਿਹੜੇ ਨੇ ਇਹ ਖਾਸ ਔਰਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਘਰਾਂ ਚੋਂ ਬਾਹਰ ਨਾ ਨਿਕਲਣ ਔਰ ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰੀਆ ਜਿਹੜੀਆਂ ਨੇ ਉਹਨਾਂ ਦੇ ਘਰਾਂ ਚ ਜਾ ਕੇ ਪ੍ਰੋਵਾਈਡ ਕੀਤੀ ਜਾਵੇ ਔਰ ਕਮਿਊਨਿਟੀ ਲੈਵਲ ਤੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਐਵਰੀ ਮੈਂਬਰ ਨੂੰ ਜਿਹੜਾ ਵਾ ਅਗਰ ਹਫਤੇ ਚ ਨਹੀਂ ਤਾਂ ਦੋ ਹਫਤਿਆਂ ਵਿੱਚ ਕਾਲ ਕਰਕੇ ਉਹਦੇ ਹਾਲਚਲ ਪੁੱਛਿਆ ਜਾਵੇ ਕਿ ਕਿਸ ਤਰ੍ਹਾਂ ਜਾ ਰਹੇ ਨੇ ਆਪਣੇ ਨੇਬਰਸ ਦਾ ਇਸੇ ਤਰ੍ਹਾਂ ਦੇਖਿਆ ਜਾ ਰਿਹਾ ਜਿੱਥੇ-ਜਿੱਥੇ ਵੀ ਆਮ ਦੀ ਕਮਿਊਨਿਟੀ ਰਹਿ ਰਹੀ ਹੈ ਔਰ ਇਹਦਾ ਫਾਇਦਾ ਇਹ ਹੁੰਦਾ ਕਿ ਖੁਦਾ ਦਾਲੇ ਦੇ ਫਜ਼ਲ ਨਾਲ ਇਨੇ ਕੇਸਸ ਜਮਾਤ ਦੇ ਵਿੱਚ ਸਾਡੀ ਕਮਿਊਨਿਟੀ ਦੇ ਵਿੱਚ ਨਹੀਂ ਹੈ ਔਰ ਜਿਹੜਾ ਜਿਹੜੇ ਕੁ ਕੇਸ ਹੋਈ ਵੀ ਨੇ ਉਹ ਇਹ ਨੇ ਕਿ ਉਹ ਡਾਕਟਰਸ ਨੇ ਜਾਂ ਮੈਡੀਕਲ profession ਦੇ ਵਿੱਚ ਮੌਜੂਦ ਲੋਗ ਨੇ لیکن ਉਹਨਾਂ ਤੋਂ ਇਲਾਵਾ ਜਿਹੜੇ ਨੇ ਅਕਸਰ ਮੈਜੋਰਟੀ ਜਿਹੜੀ ਹੈ ਮਹਫੂਜ਼ ਆ ਬਸ ਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ ਆਪਣੀ ਕਮਿਊਨਿਟੀ ਵੱਲੋਂ ਹਾਂ ਜੀ ਮੈਂ ਇਹ ਕਵਾਂਗਾ ਕਿ ਇਹਨਾਂ ਨੇ ਜਿਹੜਾ ਸਦਰ ਸਾਹਿਬ ਨੇ ਬਿਆਨ ਕੀਤਾ ਹੈ ਦੇ ਤੋਂ ਇਲਾਵਾ ਅਸੀਂ ਆਪਣੀ ਜਮਾਤ ਨੂੰ ਕਮਿਊਨਿਟੀਆਂ ਨੂੰ ਇਕੱਠਾ ਕਰਨ ਵਾਸਤੇ ਵੀ ਰੋਜ਼ਾਨਾ ਸ਼ਾਮ ਨੂੰ ਜ਼ੂਮ ਦੇ ਜ਼ਰੀਏ ਅਸੀਂ ਦਰਸ ਦਿੰਨੇ ਆ ਟੀਚਿੰਗ ਬਿਆਨ ਕਰਨੇ ਆ ਇਹ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਬਿਆਨ ਕੀਤਾ ਲੋਕਾਂ ਨੂੰ ਬਿਆਨ ਕਰਨੇ ਉਹਨਾਂ ਨੂੰ ਬਿਆਨ ਕਰਨੇ ਕਿ ਤੁਸੀਂ ਆਪਣੇ ਆਪਣੇ ਹਲਕੇ ਚ ਆਪਣੇ ਆਪਣੇ ਮੁਹੱਲੇ ਚ ਆਪਣੇ ਆਪਣੇ ਸਟਰੀਟ ਚ ਆਪਣੇ ਆਪਣੇ ਜਗ੍ਹਾ ਚ ਆਪਣੇ ਆਪਣੇ ਸ਼ਹਿਰਾਂ ਚ ਇਹਨਾਂ ਚੀਜ਼ਾਂ ਤੇ ਅਮਲ ਕਰਨਾ ਹੈ ਔਰ ਇਹ ਸਾਡੇ ਵਾਸਤੇ ਜ਼ਰੂਰੀ ਨੇ ਤੇ ਬਾਕੀ ਰਿਹਾ ਕਿ ਸਾਡਾ ਪੈਗਾਮ ਉਸੇ ਤਰ੍ਹਾਂ ਹੀ ਹੈ असी बहुत बहुत शुक्रगुजार हैं थोड़े सब दे के तुसी है सुने हैं ती वक्त और साढ़े बारे चर थो मजीद मालूमात भी चाहिए और सा वैबसाइट भी है डबल्यू डबल्यू एल इस्लाम डॉट ऑर्ग से मेरा टेलीफोन नंबर भी आ गया होना है नाइन जीरो नाइन सिक्स थ्री सिक्स एट थ्री थ्री टू तर वन एट हंड्रड वाई इस्लाम का नंबर भी साढ़ा है सानू किसी तरीके भी अप्रोच कर सकते हो मिल सकते हो गलबात कर सकते हो असी हर वक्त सेवा वास्ते हैं ਕਿਉਂਕਿ ਅਮਨ ਦਾ ਨੁਸਖਾ ਆਪਣੀ ਜੇਬ 'ਚ ਨਹੀਂ ਅਸੀਂ ਪਾ ਕੇ ਰੱਖਣਾ ਚਾਹਦੇ ਅਸੀਂ ਚਾਹੁੰਦੇ ਜਿੰਨਾ ਫੈਲੇ ਆਪਣਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ ਜਿੰਨਾ ਵੀ ਅਸੀਂ ਇਹ ਪੈਗਾਮ ਮੁਹੱਬਤ ਦਾ ਪਹੁੰਚਾ ਸਕਨੇ ਆ ਇਸ ਕੋਸ਼ਿਸ਼ ਨਾਲ ਹੀ ਇਹ ਕਿ ਕਿਸੇ ਤਰੀਕੇ ਨਾਲ ਸਾਰੀ ਦੁਨੀਆ ਅਮਨ ਪੈਦਾ ਹੋ ਜਾਏ ਕਿਸੇ ਘਰ ਦਰੋਣਾ ਨਾ ਹੋਵੇ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਨੂੰ ਕੋਈ ਦੁੱਖ ਨਾ ਹੋਵੇ ਅਸੀਂ ਸਭ ਤੋਂ ਪਹਿਲੇ ਪਹੁੰਚੇ ਇੱਕ ਅਹਿਮ ਦੀ ਹੁੰਦੇ ਨੇ ਨਾਲ ਨਾਤੇ ਦੇ ਨਾਲ ਅਸੀਂ ਹਰ ਇੱਕ ਦੀ ਖidmat ਵਾਸਤੇ ਜਿੱਥੇ ਪਹੁੰਚ ਸਕਦੇ ਪਹੁੰਚ ਕੇ ਉਹਦਾ ਦੁੱਖ ਦਰ ਤਕਲੀਫ ਦੂਰ ਕਰੀਏ ਤੇ ਸਾਡੇ ਪੈਗਾਮ ਸਾਬ ਨੂੰ ਇਹ ਹੈ ਅਗਰ ਸਾਡੀ ਕਿਸੇ ਨੂੰ ਜ਼ਰੂਰ ਤੇ ਪਲੀਜ਼ ਜਸਟ ਕਾਲ ਅਸ ਸਾਨੂੰ ਦੱਸੋ ਅਸੀਂ ਤੁਹਾਡੀ ਖidmat ਵਾਸਤੇ ਹਾਜ਼ਰ ਹੋਵਾਂਗੇ ਜੀ ਤੁਸੀਂ ਸਦਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਇਹ ਗੱਲ ਹੈ ਕਿ ਜਮਾਤ ਐਮਬੀਆ ਦਾ ਦੇ ਪਹਿਲੇ ਦਿਨ ਤੋਂ ਪੈਗਾਮ ਇਹ ਆ ਕਿ ਅਮਨ ਸ਼ਾਂਤੀ ਮੁਹੱਬਤ ਇਹ ਵਾ ਤੁਸੀਂ ਦੇਖਦੇ ਜੇ ਕਿ ਯੂ ਐਸ ਦੇ ਵਿੱਚ ਬੜੀ ਨੈਗੇਟਿਵਿਟੀ ਹੈ ਇਸਲਾਮ ਦੇ ਬਾਰੇ ਲੇਕਿਨ ਐਮਬੀਆ ਮੁਸਲਮ ਕਮਿਊਨਿਟੀ ਇਹ ਗੱਲ ਪਹੁੰਚਾਉਣੀ ਚਾਹੁੰਦੀ ਆ ਕਿ ਬਜਾਏ ਇਸ ਦੇ ਕਿ ਤੁਸੀਂ ਇਸਲਾਮ ਦੇ ਬਾਰੇ ਐਮਬੀਆ ਦੇ ਬਾਰੇ ਇਨਫੋਰਮੇਸ਼ਨ ਦੂਜਿਆਂ ਕੋਲ ਆਓ ਜਿਹੜਾ ਉਹ ਸੋਰਸ ਆ ਐਕਚੁਅਲ ਮੌਜੂਦ ਆ ਤੁਹਾਡੇ ਕੋਲੋਂ ਮਾਮ ਸਾਹਿਬ ਨੇ ਬਹੁਤ ਸਾਰੀ ਇਨਫੋਰਮੇਸ਼ਨ ਦਿੱਤੀ ਫੋਨ ਨੰਬਰ ਦਿੱਤੇ ਨੇ ਉਹ ਤੁਹਾਨੂੰ ਉਹਨਾਂ ਕੋਲ ਤੁਸੀਂ ਜਾ ਕੇ ਇਨਫੋਰਮੇਸ਼ਨ ਲਾਓ ਅਸੀਂ ਹਾਜ਼ਰ ਹਾਂ ਤੁਹਾਡੀ ਖਿਦਮਤ ਵਾਸਤੇ ਜਿੱਥੇ ਤੱਕ ਵੀ ਹੋ ਸਕਦਾ ਆਪਣੀ ਪੂਰੀ ਕੋਸ਼ਿਸ਼ ਕਰੇ ਕਰਾਂਗੇ ਕਿ ਕਮਿਊਨਿਟੀ ਦੀ ਸਰਵਿਸ ਵਾਸਤੇ ਔਰ ਤੁਹਾਡੀ ਸੈਟੀਸਫੈਕਸ਼ਨ ਵਾਸਤੇ ਜੋ ਕੁਝ ਵੀ ਕਰ ਸਕਦੇ ਆ ਜੋ ਕੁਝ ਸਾਡੇ ਇਖਤਿਆਰ ਚੋ ਕਰੀਏ ਸਾਡੀ ਚੈਨਲ ਵੀ 24 ਘੰਟੇ ਜਿਹਨੂੰ ਐਮਪੀ ਅਸੀਂ ਕਹਿੰਦੇ ਆ ਔਰ ਉਹਦਾ ਵੀ ਵੈਬਸਾਈਟ ਹੈ ਉਹਦਾ ਵੀ ਲਿੰਕ ਹੈ

ਤਾਂ ਜਿਹੜਾ ਤੁਸੀਂ ਸ਼ਾਂਤੀ ਦਾ ਪੈਗਾਮ ਜਿਹੜਾ ਤੁਸੀਂ ਜਦੋਂ ਆਪਾਂ ਸ਼ੁਰੂ ਕੀਤਾ ਸੀ ਸਦਾ ਸੰਗਲ ਕੀਤਾ ਸੀ ਕਿ ਸ਼ਾਂਤੀ ਦਾ ਤੁਸੀਂ ਕੁਝ ਐਕਸਟਰਾ ਦੇ ਕੁਝ ਉਪਾਏ ਕਰਦੇ ਹੋ ਜਦੋਂ ਕਿ ਸਾਰੀਆਂ ਕਮਿਊਨਿਟੀਆਂ ਇਕੱਠੀਆਂ ਹੁੰਦੀਆਂ ਨੇ ਤੇ ਤੁਸੀਂ ਆਪਣਾ ਵਿਚਾਰ ਉੱਥੇ ਰੱਖਦੇ ਹੋ ਜਿਹਦੇ ਵਿੱਚ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਸ਼ਾਂਤੀ ਦਾ ਪ੍ਰਚਾਰ ਤੁਹਾਡੀ ਕਮਿਊਨਿਟੀ ਕੀ ਕਰਦੀ ਹੈ ਅੱਡੇ ਨਾ ਸਿਰਫ ਅਮਰੀਕਾ ਚ ਸਾਰੀ ਦੁਨੀਆ ਚ ਜਾਰੀ ਹੈ ਔਰ ਸਾਰੀ ਦੁਨੀਆ ਦੇ ਮੁਲਕਾਂ ਤੋਂ ਇਲਾਵਾ ਹਰ ਮੁਲਕ ਵਿੱਚ ਜਿੰਨੀ ਸਾਡੀ ਚੈਪਟਰ ਇਹ ਜਮਾਤਾਂ ਨੇ ਉਹਨਾਂ ਚ ਅਸੀਂ ਕਰਨੇ ਬਕਾਇਦਗੀ ਨਾਲ ਇੱਕ ਦਫਾ ਨਹੀਂ ਕਈ ਕਈ ਦਫਾ ਸਾਲਚ ਕਰਨੇ ਆ ਕਿ ਅਸੀਂ ਹਿੰਦੂਆਂ ਨੂੰ ਵੀ ਬੁਲਾਣੇ ਆ ਸਿੱਖਾਂ ਨੂੰ ਵੀ ਯਹੂਦੀਆਂ ਨੂੰ ਵੀ ਔਰ ਆਪਣਾ ਕੀ ਨਾ ਕਹਿੰਦੇ ਨੇ ਮਸਲਮਾਨਾਂ ਨੂੰ ਵੀ ਹਰ ਇੱਕ ਨੂੰ ਦਾਵਤ ਦੰਨੇ ਆ ਕਿ ਆਓ ਸਾਡਾ ਇਹ ਪਲੇਟਫਾਰਮ ਹੈ ਅਸੀਂ ਮੋਈਆ ਕਰ ਰਹੇ ਆ ਆਖੇ ਤੁਸੀਂ ਅਮਨ ਦੇ ਬਾਰੇ ਗੱਲ ਕਰ ਬਫੇਰ ਇਹਦੇ ਤੋਂ ਇਲਾਵਾ ਅਗਰ ਸਾਨੂੰ ਕੋਈ ਬਾਹਰ ਬੁਲਾ ਰਿਹਾ ਅਸੀਂ ਉਧਰ ਬਾਹਰ ਵੀ ਜਾਣ ਹਕੂਮਤੀ ਸੱਤਾ ਤੇ ਵੀ ਜਾਣੇ ਆ ਕਾਉਂਟੀ ਦੀ ਸੱਤਾ ਤੇ ਵੀ ਜਾਣੇ ਆ ਮਜ਼ਹਬੀ ਸੱਤਾ ਤੇ ਵੀ ਜਾਣੇ ਆਪਣੇ ਆਪ ਵੀ ਬੁਲਾਣੇ ਤੇ ਬਾਹਰ ਅਸੇਫਰਾਮ ਜਾਣੇ ਵੀ ਆ ਔਰ ਜਾ ਕੇ ਪੈਗਾਮ ਡਿਲੀਵਰ ਕਰਨੇ ਸਾਰੇ ਨੂੰ ਉਸੇ ਤਰੀਕੇ ਨਾਲ ਸਾਡੇ ਪੂਰੇ ਨਿਜ਼ਾਮ ਦੇ ਤਹਿਤ ਸਾਰੇ ਕੰਮ ਹੋ ਰਹੇ ਨੇ ਸਦਰ ਸਾਹਿਬ ਜ਼ਿੰਦਗੀ ਦਾ ਫਲਸਫਾ ਕੀ ਹੈ ਤੁਹਾਡੇ ਵਾਸਤੇ ਐਜ਼ ਅ ਅਮਦੀਆ ਪਰਸਨ ਸੀ ਦੇਖੋ ਜਿਹੜੀ ਗੱਲ ਸ਼ੁਰੂ ਤੋਂ ਸਟਾਰਟ ਕੀਤੀ ਸੀ ਕਿ

ਤੇ ਸਭ ਕੁਝ ਠੀਕ ਹੋ ਜਾਏਗਾ ਜੇ ਖੁਦਾ ਨੂੰ ਰਾਜ਼ੀ ਰੱਖਿਆ ਤੇ ਬੰਦਿਆਂ ਤੇ ਜ਼ੁਲਮ ਕਰਦੇ ਉਹ ਵੀ ਠੀਕ ਨਹੀਂ ਜੇ ਬੰਦੇ ਨਾਲ ਠੀਕ ਹੈ ਖੁਦਾ ਦੇ ਨਾਲ ਠੀਕ ਨਹੀਂ ਉਹ ਵੀ ਗੱਲ ਠੀਕ ਨਹੀਂ ਇਹ ਦੋਵੇਂ ਪਾਸੇ ਚੱਲਣਾ ਪਏਗਾ ਯਾਨੀ ਅਗਰ ਖੁਦਾ ਵੱਲੋਂ ਕੋਈ ਨਬੀ ਆਇਆ ਹੈ ਤੇ ਉਹਨੂੰ ਮੰਨਣਾ ਪਏਗਾ ਉਹਦੇ ਪੈਗਾਮ ਨੂੰ ਮੰਨੋ ਖੁਦਾ ਦੀ ਇਬਾਦਤ ਕਰੋ ਔਰ ਉਹਦੇ ਬਾਅਦ ਉਹਦੇ ਲੋਕਾਂ ਦੇ ਨਾਲ ਜਿਹੜੇ مخلوਕ ਖੁਦਾ ਨੇ ਪੈਦਾ ਕੀਤੀ ਹੈ ਉਹਦੇ ਨਾਲ ਐ ਹੀ ਜ਼ਿੰਦਗੀ ਦਾ ਮਕਸਦ ਹੈ ਇਸੇ ਨਾਲ ਅਸੀਂ ਆਏ ਆ ਇਸੇ ਨੂੰ ਕਰਦੇ ਫਨਾ ਹੋ ਜਾਈਏ ਚਲੇ ਜਾਈਏ ਆਪਣੇ ਰੱਬ ਕੋਲ ਤੇ ਇਹਦੇ ਤੋਂ ਜ਼ਿਆਦਾ ਹੋਰ ਕੋਈ ਅੱਛੀ ਕੋਈ ਗੱਲ ਕੋਈ ਨਹੀਂ ਹੈ ਜੀ ਹੈ ਜੀ ਯਾ ਤੁਸੀਂ ਵੀ ਇੱਕ ਜਿਵੇਂ ਤੁਹਾਨੂੰ ਕਮਿਊਨਿਟੀ ਚੋਂ ਬਾਹਰ ਕੱਢਿਆ ਹੈ ਪਰ ਤੁਸੀਂ ਵੀ ਇੱਕ ਆਪਣੇ ਆਪ ਨੂੰ ਸੱਚੇ ਮੁਸਲਮਾਨ ਹੀ ਕਹਿੰਦੇ ਹੋ ਕਿ ਮੈਂ ਸਹੀ ਹਾਂ बिल्कुल असल गल यही है, है मैं गल शुरू च बयान की देखो मेरे ईमान का सर्टिफिकेट मैं किसी बंदे को लो नहीं लैंना ना किसी हुकूमत नैना है ना किसी हुमत न खुदा ने अख्तियार दिता है ना किसी इंडिविजुअल ने अख्तियार दिता है कि वह किसी के ईमान का फैसला करे ईमान का फैसला मैं अपने ईमान का फैसला मैं खुद करना कि मैं कौन हाँ कौन नहीं हाँ अगर मैं खुदा तला तखना रसूलों तेई मान रखना, ही मां रखना, ही मां रखना है कुरान त मान रखना तो मैं मुसलमान हाँ मैं किस मौलवी को जरूरत नहीं है किस मस्जिद को जरूरत नहीं है किसे पार्लीमेंट को जरूरत नहीं है किसी हुकूमत को जरूरत नहीं, है, किसे को नहीं है। कि मैं सर्टिफिकेट लेके दे मैं अपने गले फिर रहा जो हुकूमत पाकिस्तान ने मैं मुसलमान करार देता है मेरा मामला खुदा दे है अल्लाहिया ने कुरान श्री फरमाया होल मुसलमीन

ਕਿ ਐਂਡ ਆਫ ਦਾ ਡੇ ਤੇ ਹੀ ਚੀਜ਼ ਆ ਨਾ ਅਗਰ ਤੁਸੀਂ ਵੇਖਿਆ ਜਾਓ ਤੇ ਕਿ ਇਨਸਾਨ ਦਾ ਮੈਂ ਵੀ ਪਹਿਲੇ ਗੱਲ ਕੀਤੀ ਸੀ ਕਿ ਈਮਾਨ ਦਾ ਤਲਕ ਜਿਹੜਾ ਵਾ ਉਹ ਇਨਸਾਨ ਦਾ ਤੇ ਖੁਦਾ ਦਾ ਵਾ ਜੀ ਔਰ ਮੈਂ ਕੀ ਆ ਇਹ ਸਿਰਫ ਮੈਂ ਹੀ ਡਿਫਾਈਨ ਕਰ ਸਕਦਾ ਆਪਣੇ ਆਪ ਨੂੰ ਕਿ ਮੇਰੇ ਮੰਨਦਾ ਨਾ ਕਿ ਨੂੰ ਮੰਨਦਾ ਕਿ ਨੂੰ ਨਹੀਂ ਮੰਨਦਾ ਬਾਕੀ ਇਹ ਕਿ ਦੂਸਿਆਂ ਨੂੰ ਇਹ ਪੂਰਾ ਰਾਈਟ ਆ ਪੂਰਾ ਹੱਕ ਆ ਕਿ ਜੋ ਮਰਜ਼ੀ ਮੇਰੇ ਬਾਰੇ ਸਮਝਣ ਲੇਕਿਨ ਏ ਰਾਈਟ ਨਹੀਂ ਹੈ ਕਿ ਉਹ ਮੇਰੇ ਤੇ ਇੰਪਲੀਮੈਂਟ ਵੀ ਕਰਨਾ ਸ਼ੁਰੂ ਕਰ ਦੇਣ ਪੂਰਨਕਰਤਕ ਸਭ ਇਹ ਹੀ ਮੰਨੋ ਜੋ ਅਸੀਂ ਕਹਿ ਰਹੇ ਹਾਂ ਇਹਗਾ ਇਹ ਕੰਮ ਨਹੀਂ ਹੈ ਜੇਕਰ ਤੁਸੀਂ ਮੈਨੂੰ ਕਹਿ ਦਿਓ ਜੋ ਮਰਜ਼ੀ ਹੈ ਪਰ ਲੇਕਿਨ ਉਹਦੇ ਬਾਤ ਕੋ ਨਹੀਂ ਜੋ ਮੈਂ ਆਖਿਆ ਤੂੰ ਉਹਦੇ ਮੁਤਾਬਕ ਕੰਮ ਵੀ ਕਰੇ ਅਮਲ ਵੀ ਇਸੇ ਤਰੀਕੇ ਕਰ ਇਹ ਨਹੀਂ ਹੋ ਸਕਦਾ ਤੁਸੀਂ ਜੋ ਮਰਜ਼ੀ ਮੈਨੂੰ ਸਮਝਦੇ ਰਹੋ ਜੀ I think main main चीज ਇਹ ਹੈ ਜੇ ਅਸੀਂ ਇਹ ਚੀਜ਼ ਨੂੰ ਫਾਲੋ ਕਰੀਏ ਕਿ ਹਰ ਇੱਕ ਦੇ ਮਜ਼ਹਬ ਦੀ ਰਿਸਪੈਕਟ ਕਰੀਏ ਹਰ ਇੱਕ ਦੇ عقیده ਦੀ ਰਿਸਪੈਕਟ ਕਰੀਏ ਤੇ ਆਈ ਥਿੰਕ ਸੂਰਤ ਦੇ ਹਾਲ ਜਿਹੜੀ ਬਹੁਤ ਵਧੀਆ ਹੋ ਜੈ ਇਸ ਦੁਨੀਆ ਦੇ ਵਿੱਚ ਜੀ 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 ਬਹੁਤ ਮਿਰਜ਼ਾ ਸਾਹਿਬ ਨੇ ਲਈ ਲਿਖਿਆ ਨਾ ਦੱਸਿਆ ਕਿ ਬਈ ਅਸੂਲ ਅਮਨ ਕਾਇਮ ਕਰਨ ਦਾ ਹੈ ਇਹ ਕਿ ਤੁਸੀਂ ਸਭ ਦੀ ਇhtਰਾਮ ਕਰੋ ਜਦੋਂ ਤੁਸੀਂ ਇhtਰਾਮ ਤੋਂ ਬਾਹਰ ਚਲੇ ਜਾਂਦੇ ਹੋ ਤੇ ਅਮਨ ਰਫਸਾਦ ਖੜਾ ਹੋ ਜਾਂਦਾ ਜੀ ਤੁਸੀਂ ਸਮਝੋ ਇਹ ਤੁਹਾਡੇ ਇਖਤਿਆਰ ਚ ਹੈ ਪਰ ਤੁਸੀਂ ਉਹਦੀ ਬੇਇਜ਼ਤੀ ਤੇ ਆ ਉਹਦੇ ਨਾ ਕਰੋ ਨਾ ਉਹਨੂੰ ਤੇ ਇੱਜ਼ਤ ਤੇ ਇਤਰਾਮ ਵਾਲਾ ਰਸਤਾ ਦਿਓ ਮਕਾਮ ਦਿਓ ਜੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਅਸੀਂ ਜੁੜੇ ਹੋਇਆ ਡੈਟਰਾਇਟ ਤੋਂ ਇਮਾਮ ਸਾਹਿਬ ਨੇ ਨਾਲ ਤੇ ਨਾਲ ਇਹ ਸਦਰ ਮਕਬੂਰ ਤਾਇਆ ਸਾਹਿਬ ਨੇ ਅਸੀਂ ਸਮੇਂ ਦੇ پابੰਦਾ ਤੇ ਸਮੇਂ ਹੁਣ ਸਾਨੂੰ ਦਿੰਦਾ ਨਹੀਂ ਇਜਾਜ਼ਤ ਨਹੀਂ ਦਿੰਦਾ ਕਿ ਤੁਹਾਡੇ ਨਾਲ ਗੱਲਬਾਤ ਹੋਰ ਅੱਗੇ ਕਰੀਏ ਤੇ ਤੁਹਾਡੇ ਨਾਲ ਬਹੁਤ ਹੀ ਅੱਛਾ ਲੱਗਿਆ ਗੱਲ ਕਰਕੇ ਤੇ ਸਾਡੇ ਦਰਸ਼ਕਾਂ ਨੂੰ ਵੀ ਕਿ ਵੀ ਇਹ ਐਮਦੀਆ ਕਮਿਊਨਿਟੀ ਇੱਕ ਐਸੀ ਕਮਿਊਨਿਟੀ ਹੈ ਚਾਹੇ ਉਹਨਾਂ ਨੂੰ ਇਸਲਾਮ ਚੋਂ ਕੱਢਿਆ ਹੋਇਆ ਪਰ ਫਿਰ ਵੀ ਉਹ ਕਹਿੰਦੇ ਨੇ ਕਿ ਸਾਡਾ ਤੁਸੀਂ ਸਾਨੂੰ ਨਹੀਂ ਕਹਿ ਸਕਦੇ ਸਾਡਾ ਮਸਜਦ ਹੈ ਅਸੀਂ ਆਪਣੇ ਮਸਜਦ ਦੇ ਆਪ ਹਕਦਾਰਾਂ ਆਪ ਅਸੀਂ ਡਿਸਾਈਡ ਕਰਾਂਗੇ ਕਿ ਅਸੀਂ ਕੋਨਾ ਤੇ ਬੜਾ ਹੀ ਅੱਛਾ ਪੈਗਾਮ ਲੈ ਕੇ ਆਇਆ ਹੈ ਇਮਾਮ ਸਾਹਿਬ ਨੇ ਬੜੀ ਅੱਛੇ ਅੱਛੇ ਗੱਲਾਂ ਦਸੀਆਂ ਨੇ ਕੁਝ ਵੀ ਉਹਦੇ ਵਿੱਚ ਗਲਤ ਨਹੀਂ ਦੱਸਿਆ ਉਹਨਾਂ ਨੇ ਉਹਨਾਂ ਨੇ ਜੋ ਵੀ ਉਹਨਾਂ ਦੇ ਜੋ ਉਹਨਾਂ ਨੇ ਗੱਲਾਂ ਦੱਸੀਆਂ ਨੇ ਬੜੀਆਂ ਹੀ ਨੇਕ ਨੇ ਤੇ ਬੰਦਿਆਂ ਤੇ ਲਾਗੂ ਨੇ ਕਿ ਕਿਸੇ ਦਾ ਤੁਸੀਂ ਦਿਲ ਨਾ ਦੁਖਾਓ ਕਿਸੇ ਨੂੰ ਤੁਸੀਂ ਕੋਈ ਭੁੱਖਾ ਹੈ ਉਹਨੂੰ ਰੋਟੀ ਦਿਓ ਤੇ ਬਾਕੀ ਇਸ ਦੇ ਨਾਲ ਹੀ ਮੈਂ ਸ਼ੁਕਰੀਆ ਦਾ ਕਰਦੀ ਆ ਇਮਾਮ ਸਾਹਿਬ ਦਾ ਤੇ ਮਗਰੂਬ ਸਾਹਿਬ ਦਾ ਕਿ ਇਹਨਾਂ ਨੇ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ ਤੇ ਇਸ ਦਿਨ ਆ ਲਈ ਅਸੀਂ ਤੁਹਾਡੇ ਤੋਂ ਵਿਦਾ ਲੈਣੇ ਆ ਖੁਦਾ ਆਫਿਸ ਇਸੇ ਤਰ੍ਹਾਂ ਹੋਰ ਤੁਹਾਡੇ ਸਾਰਿਆਂ ਦੀ ਵੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਮੰਜੂ ਵਾਲਿਆ ਤੁਹਾਡੇ ਤੋਂ ਵਿਦਾ ਲੈਂਦੇ ਹੈਗੇ ਆ شکریہ